ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੇ ਬੀਏ ਭਾਗ ਪਹਿਲਾ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਤੁਹਾਡੇ ਪਾਠਕ੍ਰਮ ਤੁਹਾਡੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਪਾਠ ਪੁਸਤਕ ਇਕਾਂਗੀ ਯਾਤਰਾ, ਜਿਸ ਦੇ ਸੰਪਾਦਕ ਡਾਕਟਰ ਰਘਵੀਰ ਸਿੰਘ ਅਤੇ ਡਾਕਟਰ ਸਤੀਸ਼ ਕੁਮਾਰ ਵਰਮਾ ਹਨ। ਇਸ ਪਾਠ ਪੁਸਤਕ ਦੇ ਵਿੱਚ ਸ਼ਾਮਲ ਕੀਤੇ ਗਏ ਇਕਾਂਗੀਕਾਰ ਕਪੂਰ ਸਿੰਘ ਘੁੰਮਣ, ਉਹਨਾਂ ਦੀ ਆਪਾਂ ਗੱਲ ਕਰਾਂਗੇ ਅੱਜ। ਕਪੂਰ ਸਿੰਘ ਘੁੰਮਣ ਦੀ ਪੰਜਾਬੀ ਇਕਾਂਗੀ ਨੂੰ ਦੇਣ, ਕਪੂਰ ਸਿੰਘ ਘੁੰਮਣ ਦੀ ਪੰਜਾਬੀ ਸਾਹਿਤ ਨੂੰ ਦੇਣ, ਔਰ ਕਪੂਰ ਸਿੰਘ ਦੀ ਜਿਹੜੀ ਇਕਾਂਗੀ ਤੁਹਾਡੇ ਪਾਠਕ੍ਰਮ ਵਿੱਚ ਸ਼ਾਮਲ ਕੀਤੀ ਗਈ ਹੈ, ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ, ਉਧਾਲੀ ਹੋਈ ਕੁੜੀ, ਉਹਦੇ ਵਿਸ਼ੇ ਵਸਤੂ ਬਾਰੇ, ਉਹਦੇ ਪਾਤਰਾਂ ਬਾਰੇ ਅਤੇ ਉਸ ਇਕਾਂਗੀ ਦੇ ਸਮੁੱਚੇ ਥੀਮ ਦੇ ਬਾਰੇ, ਉਹਦੇ ਵਿੱਚ ਪੈਦਾ ਹੋਣ ਵਾਲੇ ਪ੍ਰਸ਼ਨਾਂ ਦੇ ਬਾਰੇ ਅੱਜ ਆਪਾਂ ਇਸ ਲੈਕਚਰ ਦੇ ਵਿੱਚ ਗੱਲ ਕਰਾਂਗੇ। ਪਹਿਲਾਂ ਆਪਾਂ ਕਪੂਰ ਸਿੰਘ ਘੁੰਮਣ ਦੇ ਬਾਰੇ ਗੱਲ ਕਰਦੇ ਹਾਂ। ਵਿਦਿਆਰਥੀਓ, ਕਪੂਰ ਸਿੰਘ ਘੁੰਮਣ ਦਾ ਜਨਮ 2 ਫਰਵਰੀ 1927 ਨੂੰ ਦੂਲ ਚਿੱਕੇ, ਜ਼ਿਲ੍ਹਾ ਸਿਆਲਕੋਟ ਵਿੱਚ ਹੋਇਆ। ਦੂਲ ਚਿੱਕੇ ਜਿਹੜਾ ਏਰੀਆ ਹੈਗਾ, ਕਸਬਾ ਹੈਗਾ, ਇਹ ਪਾਕਿਸਤਾਨ ਦੇ ਵਿੱਚ ਹੈ। 1927 ਵਿੱਚ ਉੱਥੇ ਜਨਮ ਹੋਇਆ ਸੀ। 1947 ਦੇ ਵਿੱਚ ਇਹਨਾਂ ਨੂੰ ਉੱਧਰਲਾ ਪੰਜਾਬ ਛੱਡ ਕੇ, ਪਾਕਿਸਤਾਨ ਛੱਡ ਕੇ ਭਾਰਤ ਦੇ ਵਿੱਚ ਆਉਣਾ ਪਿਆ ਸੀ। 1958 ਦੇ ਵਿੱਚ ਇਹਨਾਂ ਨੇ MA ਪੰਜਾਬੀ ਦੀ ਡਿਗਰੀ ਕੀਤੀ। ਇਸ ਡਿਗਰੀ ਕਰਨ ਤੋਂ ਉਪਰੰਤ ਉਹ ਕੁਝ ਥਾਵਾਂ ਦੇ ਉੱਪਰ ਅਲੱਗ ਅਲੱਗ ਨੌਕਰੀ ਕਰਦੇ ਰਹੇ। ਫਿਰ ਭਾਸ਼ਾ ਵਿਭਾਗ ਵਿੱਚ ਆ ਕੇ ਉੱਥੇ ਇਹਨਾਂ ਨੇ ਕੰਮ ਕੀਤਾ। ਇੱਥੋਂ ਹੀ ਉਹ 1985 ਦੇ ਵਿੱਚ ਰਿਟਾਇਰ ਹੋ ਜਾਂਦੇ ਆ ਇੱਕ ਡਾਇਰੈਕਟਰ ਦੀ ਪੋਸਟ ਤੋਂ। ਡਾਇਰੈਕਟਰ ਦਾ ਅਹੁਦਾ ਹੁੰਦਾ ਉਹਨਾਂ ਕੋਲ ਜਦੋਂ ਰਿਟਾਇਰ ਹੁੰਦੇ 1985 ਦੇ ਵਿੱਚ। ਵਿਦਿਆਰਥੀਓ, ਉਸੇ ਵਰੇ ਉਹ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ ਨਿਯੁਕਤ ਹੋ ਗਏ। ਕੁਝ ਸਮਾਂ ਬਾਅਦ ਹੀ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ। ਕਪੂਰ ਸਿੰਘ ਘੁੰਮਣ ਨੂੰ ਰੰਗ ਮੰਚ ਨਾਲ ਜਨੂੰਨ ਦੀ ਹੱਦ ਤੱਕ ਇਸ਼ਕ ਸੀ। ਰੰਗਮੰਚ, ਸਟੇਜ ਦੇ ਨਾਲ ਔਰ ਨਾਟਕ ਖੇਡਣ ਦੇ ਨਾਲ ਉਹਨਾਂ ਦਾ ਬੜਾ ਨੇੜੇ ਦਾ ਸੰਬੰਧ ਸੀ। ਉਹਨਾਂ ਨੇ ਨਾ ਕੇਵਲ ਨਾਟਕ ਰਚੇ, ਸਗੋਂ ਜੀਵਨ ਦਾ ਹਰ ਪਲ ਰੰਗਮੰਚ ਸੰਗ ਨਿਭਾਇਆ। ਕਈ ਲੋਕਾਂ ਨੂੰ ਸ਼ੌਂਕ ਹੁੰਦਾ ਇਸ ਤਰ੍ਹਾਂ ਦਾ। ਉਹ ਨਾਟਕ ਨਿਰਦੇਸ਼ਕ, ਅਦਾਕਾਰ ਹੋਣ ਤੋਂ ਇਲਾਵਾ ਰੰਗਮੰਚ ਦਾ ਸਭ ਤੋਂ ਵੱਡਾ ਦਰਸ਼ਕ ਸੀ। ਕੋਈ ਨਾਟਕ ਵੇਖਣ ਲਈ ਮੀਲਾਂ ਸਫ਼ਰ ਕਰਨਾ ਉਸਦੇ ਜੀਵਨ ਵਿਵਹਾਰ ਦਾ ਹਿੱਸਾ ਸੀ। ਉਸਨੇ ਅਣਹੋਣੀ, ਜਿਉਂਦੀ ਲਾਸ਼, ਬੰਦ ਗਲੀ, ਪੁਤਲੀ ਘਰ, ਜ਼ਿੰਦਗੀ ਤੋਂ ਦੂਰ, ਅਤੀਤ ਦੇ ਪਰਛਾਵੇਂ, ਬੁਝਾਰਤ, ਵਿਸਮਾਦ ਨਾਦ, ਮਾਨਸ ਕੀ ਏਕ ਜਾਤ, ਮੂਕ ਸੰਸਾਰ, ਰਾਣੀ ਕੋਕਲਾਂ, ਰੋਡਾ ਜਲਾਲੀ, ਆਜ਼ਾਦੀ ਦਾ ਸੁਪਨਾ, ਪਾਗਲ ਲੋਕ ਆਦਿ ਪੂਰੇ ਨਾਟਕ ਤੋਂ ਇਲਾਵਾ ਰੱਬ ਦੇ ਰੰਗ, ਜੈਲਦਾਰ, ਗਲਤ ਕੀਮਤਾਂ, ਕਵੀ ਤੇ ਕਵਿਤਾ, ਝੁੰਗਲ ਮਾਟਾ, ਇਸ ਪਾਰ ਉਸ ਪਾਰ, ਮਨ ਅੰਤਰ ਕੀ ਪੀੜ, ਨਿਰੰਤਰ ਚੱਲਦੇ ਨਾਟਕ, ਸੰਤਾਪ, 2 ਕੁੜੀਆਂ 12 ਨਾਟਕ, 2 ਜੋਤ 2 ਮੂਰਤਾਂ, ਕੱਚ ਦਾ ਗਜਰਾ ਆਦਿ ਇਕਾਂਗੀ ਸੰਗ੍ਰਹਿ ਵੀ ਲਿਖੇ। ਉਹਨਾਂ ਨੇ ਵੱਖ ਵੱਖ ਵਿਸ਼ਿਆਂ ਉੱਪਰ 20 ਦੇ ਲਗਭਗ ਕਿਤਾਬਾਂ ਸੰਪਾਦਿਤ ਕੀਤੀਆਂ। ਕਪੂਰ ਸਿੰਘ ਘੁੰਮਣ ਇੱਕ ਪ੍ਰਯੋਗਸ਼ੀਲ ਨਾਟਕਕਾਰ ਹੈ। ਉਹਨਾਂ ਨੇ ਦੇ ਨਾਟਕਾਂ ਦਾ ਕੇਂਦਰੀ ਵਸਤੂ ਔਰਤ ਪੁਰਸ਼ ਸੰਬੰਧਾਂ ਅਤੇ ਸਮਾਜਿਕ ਵਿਡੰਬਣਾਵਾਂ ਹਨ। ਉਹਨਾਂ ਨੇ ਪ੍ਰਸਿੱਧ ਨਾਟਕਕਾਰ ਸਟ੍ਰਿੰਗਬਰਗ ਦੇ ਜੀਵਨ ਤੇ ਆਧਾਰਿਤ ਨਾਟਕ ਬੁਝਾਰਤ ਵੀ ਲਿਖਿਆ। ਉਸਨੇ ਆਪਣੇ ਨਾਟਕਾਂ ਵਿੱਚ ਕਲਾ ਦੇ ਸੱਚ, ਜੀਵਨ ਦੇ ਸੱਚ ਦੇ ਟਕਰਾਅ ਪੇਸ਼ ਕੀਤੇ। ਕਪੂਰ ਸਿੰਘ ਘੁੰਮਣ ਦੀ ਜਿਹੜੀ ਦ੍ਰਿਸ਼ਟੀ ਹੈ ਨਾਟਕ ਪ੍ਰਤੀ, ਉਹ ਬੜੀ ਸੰਵੇਦਨਸ਼ੀਲ ਹੈ, ਬੜੀ ਅਗਾਂਹ ਵਧੂ ਹੈ। ਉਹ ਸਟੇਜ ਦੇ ਨਾਲ ਜੁੜਿਆ ਹੋਇਆ ਨਾਟਕਕਾਰ ਇਕਾਂਗੀਕਾਰ ਹੈ। ਤਕਨੀਕ ਦੀ ਦ੍ਰਿਸ਼ਟੀ ਤੋਂ ਉਹਦੇ ਜਿਹੜੇ ਨਾਟਕ ਹੈ ਉਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਉਹਨੇ ਪ੍ਰਯੋਗ ਕੀਤੇ ਹੈ। ਪਰਛਾਵਿਆਂ ਦੀ ਯੁਗਤ ਤੋਂ ਲੈ ਕੇ ਪੁਤਲੀ ਘਰ ਨਾਟਕ ਇਹਦਾ ਤੱਕ ਦੇ ਪ੍ਰਯੋਗ ਉਸਦੇ ਨਾਟਕਾਂ ਵਿੱਚ ਸ਼ਾਮਲ ਹਨ। ਯਥਾਰਥਵਾਦੀ ਨਾਟ ਸ਼ੈਲੀ ਤੋਂ ਇਲਾਵਾ
ਵਰੈਕ ਤੇ ਐਪਕ ਥੀਏਟਰ ਦਾ ਪ੍ਰਭਾਵ ਵੀ ਉਸਦੇ ਨਾਟਕਾਂ ਵਿੱਚ ਨਜ਼ਰ ਆਉਂਦਾ ਹੈ। ਉਸਨੇ ਰੰਗਮੰਚ ਦੇ ਕਾਲਮ ਲਿਖਣ ਦੀ ਪਿਰਤ ਪਾਈ। ਉਸਦੀ ਅਣਪਛਾਤੀ ਮੰਚ ਡੈਰੀ ਪੰਜਾਬੀ ਰੰਗਮੰਚ ਦੇ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹੈ। ਉਸਨੇ ਰੂਪਕ ਕਲਾ ਸੰਗਮ ਨਾਂ ਦੀ ਸੰਸਥਾ ਬਣਾ ਕੇ ਆਪ ਵੀ ਨਾਟਕ ਖੇਡੇ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ। ਉਸਦੇ ਬੱਚੇ ਵੀ ਰੰਗਮੰਚ ਵਿੱਚ ਰੁਚਿਤ ਹੋਏ। ਭਾਸ਼ਾ ਵਿਭਾਗ ਰਾਹੀਂ ਰੰਗਮੰਚ ਸਰਗਰਮੀਆਂ ਦੇ ਪ੍ਰਸਾਰ ਵਿੱਚ ਵੀ ਉਸਦਾ ਯੋਗਦਾਨ ਹੈ। ਘੁੰਮਣ ਨੂੰ ਅਨੇਕ ਇਨਾਮ ਸਨਮਾਨ ਪ੍ਰਾਪਤ ਹੋਏ। ਉਸਦਾ ਨਾਟਕ ਪਾਗਲ ਲੋਕ ਲਈ ਉਸਨੂੰ ਭਾਰਤ ਸਾਹਿਤ ਅਕਾਦਮੀ ਦਾ ਇਨਾਮ ਵੀ ਪ੍ਰਾਪਤ ਹੋਇਆ। ਵਿਦਿਆਰਥੀਓ, ਭਾਰਤੀ ਸਾਹਿਤ ਅਕਾਦਮੀ ਦਾ ਨਾਂ ਜਿਹੜਾ ਉਹਨੂੰ ਇਨਾਮ ਮਿਲਿਆ ਨਾ, ਇਹ ਪਾਗਲ ਲੋਕ ਦੇ ਉੱਪਰ ਮਿਲਿਆ। ਆਪਾਂ ਹੁਣ ਉਹਨਾਂ ਦੀ ਜਿਹੜੀ ਇਕਾਂਗੀ ਹੈਗੀ ਆ, ਉਧਾਲੀ ਹੋਈ ਕੁੜੀ, ਇਹਦੇ ਬਾਰੇ ਗੱਲ ਕਰਦੇ ਹਾਂ। ਇਹਦੇ ਵਿੱਚ ਜਿਹੜੇ ਪਾਤਰ ਆ, ਪਹਿਲਾਂ ਉਹਨਾਂ ਦੀ ਜਾਣ ਪਛਾਣ ਕਰਦੇ ਹਾਂ ਆਪਾਂ। ਪਾਤਰ ਉਹਦੇ ਖੜਕੂ ਇੱਕ ਜੱਟ ਹੈ, ਵਿਰਸਾ ਖੜਕੂ ਦਾ ਮਿੱਤਰ ਹੈ, ਕਰਤਾਰੋ ਖੜਕੂ ਦੀ ਵਹੁਟੀ ਹੈ, ਜੀਤਾ ਖੜਕੂ ਦਾ ਪੁੱਤਰ ਹੈ, ਸਲਮਾ ਉਧਾਲੀ ਹੋਈ ਕੁੜੀ ਹੈ। ਇਹ ਸਾਰੇ ਪਾਤਰ ਹੈ ਤੇ ਥਾਣੇਦਾਰ ਤੇ ਸਿਪਾਹੀ ਇਸ ਇਕਾਂਗੀ ਦੇ ਵਿੱਚ ਹੋਰ ਪਾਤਰ ਹੈ। ਵਿਦਿਆਰਥੀਓ, ਇਸ ਇਕਾਂਗੀ ਦੇ ਵਿੱਚ ਪਾਕਿਸਤਾਨ ਬਣਨ ਸਮੇਂ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਇੱਧਰਲੇ ਪੰਜਾਬ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਵਸਾ ਲਈਆਂ ਸੀ, ਉਹਨਾਂ ਦਾ ਧਰਮ ਪਰਿਵਰਤਨ ਕਰਕੇ, ਉਸੇ ਦੇ ਆਧਾਰਿਤ ਇਹ ਇਕਾਂਗੀ ਹੈ ਉਹਨਾਂ ਦੀ। ਇਹਦੇ ਬਾਰੇ ਆਪਾਂ ਦੇਖਦੇ ਹਾਂ। ਇਹਦਾ ਥਾਂ ਜਿਹੜਾ ਹੈਗਾ ਉਹ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਵਿੱਚ ਪਾਕਿਸਤਾਨੀ ਸਰਹੱਦ ਦੇ ਨੇੜੇ ਇੱਕ ਪਿੰਡ ਫੱਤੂ ਵਾਲਾ। ਉੱਥੋਂ ਦਾ ਕੋਈ ਵੀ ਪਿੰਡ ਹੋ ਸਕਦਾ ਇਹ, ਔਰ ਸਰਹੱਦ ਦੇ ਨੇੜੇ ਹੈ। ਸਮਾਂ ਜਨਵਰੀ 1949 ਦੀ ਇੱਕ ਸਵੇਰ। ਖੜਕੂ ਜੱਟ ਦਾ ਘਰ, ਸਾਹਮਣੇ ਕੱਚਾ ਪਸਾਰ ਹੈ ਜਿਸ ਦੇ ਦੋ ਬੂਹੇ ਹਨ। ਸੱਜੇ ਹੱਥ ਰਸੋਈ ਹੈ, ਖੱਬੇ ਹੱਥ ਕੋਠੜੀ ਹੈ ਤੇ ਉਸਦੇ ਪਿੱਛੇ ਇੱਕ ਹੋਰ ਛੋਟੀ ਜਿਹੀ ਕੋਠੜੀ ਹੈ। ਬਾਹਰੋਂ ਆਉਣ ਵਾਸਤੇ ਰਸੋਈ ਦੇ ਨਾਲ ਇੱਕ ਦਰਵਾਜ਼ਾ ਹੈ। ਪਸਾਰ ਦੇ ਇੱਕ ਬੂਹੇ ਅੱਗੇ ਲੱਕੜੀ ਦਾ ਚਰਖਾ ਡਿਹਾ ਹੋਇਆ, ਇੱਕ ਪੀੜ੍ਹੀ ਡਿਹੀ ਹੋਈ ਹੈ, ਇੱਕ ਟੋਕਰੀ ਪੂਣੀਆਂ ਦੀ ਤੇ ਕੁਝ ਛੱਲੀਆਂ ਹਨ। ਇਹ ਅਸਲ ਦੇ ਵਿੱਚ ਜਦੋਂ ਰੰਗ ਮੰਚ ਸਜਾਈ ਜਾਂਦੀ ਹੈ, ਇਹ ਚੀਜ਼ਾਂ ਹੋਣੀਆਂ ਉੱਥੇ ਜ਼ਰੂਰੀ ਹੈ। ਜਦੋਂ ਨਾਟਕ ਖੇਡਿਆ ਜਾਊਗਾ ਉਦੋਂ ਇਹ ਚੀਜ਼ਾਂ ਦਾ ਹੋਣਾ ਜ਼ਰੂਰੀ ਹੈ। 8 ਸਾਲ ਦਾ ਮੁੰਡਾ ਜੀਤਾ ਗੰਨਾ ਚੂਪ ਰਿਹਾ ਹੈ। ਉਹਦੇ ਕੋਲ ਗੰਨਿਆਂ ਦੀ ਢੇਰੀ ਹੈ। ਵਿਹੜੇ ਵਿੱਚ ਵੀ ਛਿੱਲੜਾਂ ਖਿਲਰੀਆਂ ਹੋਈਆਂ ਹਨ। ਰਸੋਈ ਅਤੇ ਪਸਾਰ ਦੀ ਗੁੱਠ ਵਿੱਚ ਘੜੇ ਥਣੀ ਉੱਪਰ ਘੜਾ ਪਿਆ। ਘੜੇ ਥਣੀ ਇੱਕ ਜਿਹੜਾ ਸਟੈਂਡ ਹੁੰਦਾ ਘੜੇ ਦੇ ਉੱਪਰ ਘੜਾ ਰੱਖਣ ਦੇ ਲਈ, ਉਹ ਘੜੇ ਵਾਲੇ ਸਟੈਂਡ ਦੇ ਉੱਪਰ ਇੱਕ ਘੜਾ ਪਿਆ। ਕੋਲ ਦੋ ਮੂਹੜੇ ਡੱਠੇ ਹੋਏ ਨੇ। ਪਸਾਰ ਵਾਲੇ ਪਾਸੇ ਇੱਕ ਚੁੱਲ੍ਹਾ ਤੇ ਇੱਕ ਭੜੋਲੀ ਹੈ। ਕੁਝ ਜੂਠੀਆਂ ਕੌਲੀਆਂ, ਥਾਲ ਤੇ ਛੰਨੇ ਖਿਲਰੇ ਪਏ ਹਨ। ਕੋਠੜੀ ਦੇ ਬੂਹੇ ਕੋਲ ਮੰਜੀ ਤੇ ਇੱਕ ਬੱਚਾ ਸੁੱਤਾ ਪਿਆ ਹੈ। ਕੋਲ ਹੀ ਇੱਕ ਹੋਰ ਮੰਜੀ ਪਈ ਹੈ। ਕਰਤਾਰੋ ਦੁੱਧ ਦੀ ਬਾਲਟੀ ਚੁੱਕੀ ਅੰਦਰ ਆਉਂਦੀ ਹੈ। ਕਰਤਾਰੋ: ਵੇ ਜੀਤਿਆ ਘੜੀਤਿਆ, ਅਜੇ ਤੇਰਾ ਗੰਨਾ ਨਹੀਂ ਮੁੱਕਾ? ਜੀਤਾ: ਉਹ ਤੇ ਮੁੱਕ ਗਿਆ ਬੇਬੇ, ਹਥਲਾ ਗੰਨਾ ਵਿਖਾ ਕੇ ਆ ਨਹੀਂ ਮੁੱਕਾ। ਕਰਤਾਰੋ: ਕਹੇ ਭੁੱਖੇ ਦਿਨ ਜੰਮਿਆ ਸੈਂ ਕਲਹਿਣਿਆ, ਹਰ ਵੇਲੇ ਤੇਰੀ ਜੀਭ ਚੋਂਦੀ ਰਹਿੰਦੀ ਏ। ਜੀਤਾ: ਬਾਪੂ ਤੇ ਭਰੀ ਚੂਪ ਛੱਡਦਾ ਗੰਨਿਆਂ ਦੀ, ਉਹਨੂੰ ਨੀ ਤੂੰ ਆਂਦੀ? ਕਰਤਾਰੋ: ਕੰਮ ਵੀ ਤੇ ਕਰਦਾ ਦੱਸਾਂ ਬੰਦਿਆਂ ਦਾ, ਤੇਰੇ ਵਾਂਗ ਨੇਰਾ ਖਾਣ ਦਾ ਮਸਾਲਾ ਤੇ ਨਹੀਂ। ਰਸੋਈ ਦੇ ਅੰਦਰ ਬਾਲਟੀ ਰੱਖਣ ਚਲੀ ਜਾਂਦੀ ਹੈ। ਜੀਤਾ: ਉਹਦੇ ਜਿੱਡਾ ਹੋਵਾਂਗੇ ਤੇ ਮੈਂ ਵੀ ਕੰਮ ਕਰਾਂਦਾ। ਕਰਤਾਰੋ ਬਾਹਰ ਨਿਕਲ ਕੇ: ਤੈਨੂੰ ਕਰਦੇ ਨੂੰ ਦੁਨੀਆਂ ਵੇਖੇਗੀ, ਸਕੂਲੋਂ ਰੋਜ਼ ਕੁੱਟ ਖਾਨਾ, ਸਕੂਲ ਦਾ ਕੰਮ ਕਰਦਾ ਨੀ ਤੇ ਵਾਹੀ ਦਾ ਜ਼ਰੂਰ ਕਰੇਗਾ ਤੂੰ। ਜੀਤਾ: ਵੇਖ ਲੈਵੀ ਭਾਵੇਂ ਤੂੰ। ਕਰਤਾਰੋ: ਚੱਲ ਉੱਠ ਫਿਰ, ਬਾਪੂ ਨੂੰ ਲੱਸੀ ਦੇ ਆ ਖੂਹ ਤੇ ਜਾ ਕੇ, ਨਾਲੇ ਦੋ ਰੋਟੀਆਂ ਤੇ ਚਾਰ ਰੱਖ ਲੈ। ਜੀਤਾ: ਮੈਂ ਘਰ ਬਹਿਣਾ, ਤੂੰ ਆਪੇ ਦੇ ਆ ਖਾਂ। ਕਰਤਾਰੋ: ਵੇ ਉੱਠਣਾ ਹੀ ਕਿ ਨਹੀਂ ਵੱਡਿਆ ਮੀਰ ਜਾਦਿਆ? ਅੰਦਰ ਚਲੀ ਜਾਂਦੀ ਹੈ। ਜੀਤਾ: ਦੇਖਾਂ ਫਿਰ ਰੋਟੀਆਂ ਤੇ ਚਾਰ ਗੰਨਾ ਚੁੱਪੀ ਜਾਂਦਾ। ਕਰਤਾਰੋ: ਬਾਹਰ ਆ ਕੇ ਰੋਟੀਆਂ ਵਾਲਾ ਪੋਣਾ ਤੇ ਲੱਸੀ ਵਾਲੀ ਗੜਬੀ ਰੱਖਦੀ ਹੈ। ਤੈਨੂੰ ਇੱਕ ਦੋ ਵਾਰੀ ਦੀ
ਆਖੀ ਦਾ ਅਸਰ ਹੀ ਨਹੀਂ ਹੁੰਦਾ। ਉੱਠਿਓ ਬੰਦਿਆਂ ਵਾਂਗ ਕਰਕੇ ਉਠਾਵਾਂ ਤੈਨੂੰ ਦੂਜੀ ਤਰ੍ਹਾਂ ਜੀਤਾ, ਮੈਨੂੰ ਭੁੱਖ ਲੱਗੀ ਹੈ ਕਰਤਾਰੋ। ਬਾਹੋਂ ਫੜ ਕੇ ਮੱਖਣ ਨਾਲ ਦਹੀਂ ਰੋਟੀ ਡੱਫ ਬੈਠਾ, 8-10 ਗੰਨੇ ਵੀ ਚੁਰਕ ਲਏ ਨੀ, ਹੋਰ ਤੈਨੂੰ ਫਾਹ ਚਾਹੀਦਾ, ਉੱਠ ਦਫਾ ਹੋ ਛੱਡ ਛੇ, ਉੱਠ ਦਫਾ ਹੋ ਛੇਤੀ, ਉੱਡ ਜਾਣ ਨਾ ਉੱਡ ਜਾਣਾ ਨਾ ਹੋਵੇ ਤੇ। ਇਹ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਬੋਲੀ ਜਾਣ ਵਾਲੀ ਮਾਝੇ ਦੀ ਭਾਸ਼ਾ ਹੈ। ਕਰਤਾਰੋ ਜੀਤੇ ਕੋਲੋਂ ਗੰਨਾ ਲੈ ਕੇ ਪਰਾਂ ਸੁੱਟ ਦਿੰਦੀ ਹੈ ਤੇ ਜੀਤਾ ਬੁੱਲ ਢੇਰਦਾ ਤੇ ਫਿਰ ਸਿਰ ਤੇ ਰੋਟੀਆਂ ਰੱਖ ਕੇ ਸੱਜੀ ਤਲੀ ਤੇ ਗੜਬੀ ਰੱਖ ਕੇ ਰੱਖ ਲੈਂਦਾ ਤੇ ਬਾਹਰ ਵੱਲ ਟੁਰ ਪੈਂਦਾ ਹੈ। ਜੀਤਾ ਬੂਹੇ ਵਿੱਚੋਂ, ਮੇਰੇ ਆਉਂਦਿਆਂ ਨੂੰ ਗੰਨੇ ਨਾ ਮੁਕਾ ਛੱਡੀ ਕਿਤੇ ਕਰਤਾਰੋ, ਮੈਂ ਫੂਕਣੇ ਨੇ ਗੰਨੇ, ਤੂੰ ਭੱਜ ਕੇ ਜਾ, ਰਾਹ ਵੇਂਦਾ ਹੋਵੇਗਾ ਬਾਪੂ ਤੇਰਾ। ਜੀਤਾ ਬਾਹਰ ਨਿਕਲ ਜਾਂਦਾ ਹੈ। ਕਰਤਾਰੋ ਭੜੋਲੀ ਵਿੱਚ ਪਾਥੀਆਂ ਭੰਨ ਕੇ ਪਾਉਂਦੀ ਹੈ, ਅੰਦਰੋਂ ਦੁੱਧ ਲਿਆ ਕੇ ਘੜੇ ਵਿੱਚ ਪਾਣੀ ਲੈਂਦੀ ਹੈ ਤੇ ਹੰਗਾਲ ਪਾ ਕੇ ਕਾੜਨੀ ਨੂੰ ਭੜੋਲੀ ਵਿੱਚ ਰੱਖ ਦਿੰਦੀ ਹੈ। ਫਿਰ ਚਰਖੇ ਅੱਗੇ ਬੈਠ ਕੇ ਪੂਣੀ ਛੋਹਦੀ ਹੈ। ਵਿਰਸਾ ਸਿੰਘ ਆਉਂਦਾ ਹੈ, ਉਹਨੂੰ ਸਾਹ ਚੜਿਆ ਹੋਇਆ ਹੈ। ਵਿਰਸਾ, ਭਾਬੀ ਭਾਊ ਤੇ ਨਹੀਂ ਕਰ, ਭਰਾ ਨੂੰ ਭਾਊ ਕਹਿੰਦੇ ਹੈ ਵੱਡੇ ਨੂੰ ਮਾਝੇ ਦੇ ਵਿੱਚ। ਕਰਤਾਰੋ, ਨਹੀਂ ਸੁੱਖ ਤੇ ਹੈ, ਤੂੰ ਕਿੱਧਰੋਂ ਅੱਜ? ਵਿਰਸਾ, ਉੱਚੇ ਪਿੰਡ ਪੁਲਿਸ ਪੈ ਗਈ। ਕਰਤਾਰੋ, ਦਾਰੂ ਵੀ ਉੱਥੇ ਕੋਈ ਥੋੜਾ ਤੇ ਨਹੀਂ ਇੰਨਾ ਕੱਢਦੇ? ਵਿਰਸਾ, ਪੁਲਿਸ ਦਾਰੂ ਤੇ ਨਹੀਂ ਚੜੀ। ਕਰਤਾਰੋ, ਤੇ ਹੋਰ ਕਾਹਦੇ ਤੇ? ਵਿਰਸਾ, ਉਧਾਲੀਆਂ ਹੋਈਆਂ ਨੂੰ ਕੱਢਣ ਵਾਸਤੇ। ਕਰਤਾਰੋ, ਉਧਾਲੀਆਂ ਜਨਾਨੀਆਂ ਨੂੰ? ਆਹੋ, ਨਾਲ ਮਿਲਟਰੀ ਵਾਲਿਆਂ ਦਾ ਟਰੱਕ ਹੈ, ਜਿਨ੍ਹਾਂ ਬੁੱਢੀਆਂ ਦੀ ਰਿਪੋਰਟ ਹੋਈ ਹੈ ਉਹਨਾਂ ਨੂੰ ਲੱਭ ਕੇ ਉਹ ਪਾਕਿਸਤਾਨ ਘੱਲਦੇ ਨੇ। ਕਰਤਾਰੋ, ਤੇ ਫਿਰ ਤੂੰ ਕਿਉਂ ਘਾਬਰਿਆ ਹੋਇਆ ਏ? ਵਿਰਸਾ, ਭਾਬੀ ਸ਼ੇਰੂ ਹੈ ਨਾ ਉੱਚੇ ਪਿੰਡ ਵਾਲਾ, ਉਹਨੂੰ ਵੀ ਪੁਲਿਸ ਫੜ ਕੇ ਲੈ ਗਈ। ਕਰਤਾਰੋ, ਉਹ ਕਿਉਂ? ਵਿਰਸਾ, ਉਹਨੇ ਫਜ਼ਲੇ ਮੋਚੀ ਦੀ ਧੀ ਨੂੰ ਪਤਾ ਨਹੀਂ ਕਿੱਥੇ ਵੇਚ ਦਿੱਤਾ। ਕਰਤਾਰੋ, ਫਿਰ ਤੇ ਉਹਨੂੰ ਉਹਦੇ ਨਾਲ ਇਹੋ ਹੋਣੀ ਚਾਹੀਦੀ ਸੀ, ਤੀਵੀਆਂ ਨੂੰ ਡੰਗਰਾਂ ਵਾਂਗਰ ਵੇਚਣ ਕੋਈ ਨਿਆਂ ਹੈ? ਵਿਰਸਾ, ਪਰ ਨਾਲ ਬੇਕਸੂਰ ਵੀ ਰਗੜੇ ਜਾਂਦੇ ਨੇ, ਜਿਹੜੀ ਕੁੜੀ ਪਾਕਿਸਤਾਨ ਨਾਲ ਜਾਣਾ ਚਾਹੇ ਉਹਨੂੰ ਵੀ ਧੱਕੋ ਜੋਰੀ ਲੈ ਜਾਂਦੇ ਨੇ, ਧੱਕੇ ਦੇ ਨਾਲ ਉਹਨੂੰ ਲੈ ਜਾਂਦੇ ਆ। ਕਹਿੰਦਾ ਕਰਤਾਰੋ, ਪਰ ਤੇਰੀ ਕਿਉਂ ਜਾਨ ਨਿਕਲ ਰਹੀ ਏ? ਕਿਤੇ ਤੂੰ ਵੀ ਤੇ ਨਹੀਂ ਉਧਾਲਿਆ ਹੋਇਆ ਕਿਸੇ ਨੂੰ? ਵਿਰਸਾ, ਮੈਂ ਧਰਮ ਨਾਲ ਨਹੀਂ ਉਧਾਲਿਆ ਕਿਸੇ ਨੂੰ, ਵਾਹਿਗੁਰੂ ਜਾਣਦਾ ਹੈ, ਇੱਕ ਕੁੜੀ ਦੀ ਜਾਨ ਜ਼ਰੂਰ ਬਚਾਈ ਹੈ, ਜੇ ਮਰਦੇ ਨੂੰ ਬਚਾਉਣਾ ਪਾਪ ਹੈ ਤਾਂ ਮੈਂ ਪਾਪੀ ਹਾਂ। ਕਰਤਾਰੋ, ਤੇ ਫਿਰ ਤੂੰ ਡਰਨਾ ਕਿਉਂ ਏ? ਸੱਚ ਨੂੰ ਕਾਹਦਾ ਡਰ ਏ? ਕੋਈ ਲੁੱਟ ਤੇ ਨਹੀਂ ਪਈ ਹੋਈ, ਜਿਹੜੀ ਲੱਭਾ ਫੜ ਲਿਆ? ਵਿਰਸਾ, ਆਪਣੇ ਆਪ ਕੋਈ ਨਹੀਂ ਆ ਕੇ ਫੜਦਾ ਭਾਬੀ, ਪਰ ਜਦੋਂ ਪਿੰਡੋਂ ਹੀ ਕੋਈ ਮੁਕਵਰੀ ਕਰ ਦੇਵੇ ਤਾਂ ਪੁਲਿਸ ਤੇ ਅੱਗੇ ਹੀ ਸ਼ਹਿ ਲਾ ਕੇ ਬੈਠੀ ਹੁੰਦੀ ਏ। ਕਰਤਾਰੋ, ਅੰਤ ਸੱਚ ਦੀ ਜਿੱਤ ਹੁੰਦੀ ਏ ਵਿਰਸਿਆ। ਵਿਰਸਾ, ਉਹ ਤੇ ਤੇਰੀ ਗੱਲ ਠੀਕ ਏ, ਪਰ ਚੱਕੀ ਵਿੱਚ ਪਿਆ ਗਾਲਾਂ ਪੀਠਾ ਨਾ ਜਾਵੇ ਤਾਂ ਦਲਿਆ ਤੇ ਜ਼ਰੂਰ ਜਾਂਦਾ ਹੈ। ਕਰਤਾਰੋ, ਤੂੰ ਠੀਕ ਠੀਕ ਦੱਸ, ਗੱਲ ਕੀ ਏ ਵਿੱਚੋਂ? ਵਿਰਸਾ, ਇਸ ਵੇਲੇ ਮੇਰੀ ਪੱਤ ਤੇ ਇੱਕ ਕੁੜੀ ਦੀ ਜ਼ਿੰਦਗੀ ਦਾ ਸਵਾਲ ਏ ਭਾਬੀ। ਕਰਤਾਰੋ, ਤੈਨੂੰ ਮੈਂ ਸਦਾ ਸਕੇ ਦਿਓਰਾਂ ਵਾਂਗਰ ਜਾਤਾ ਹੈ, ਮੇਰੇ ਤੋਂ ਲੁਕਾ ਨਾ ਰੱਖ। ਵਿਰਸਾ, ਮੈਂ ਬੜੇ ਦਾਈਏ ਨਾਲ ਆਇਆ ਤੇਰੇ ਕੋਲ। ਕਰਤਾਰੋ, ਤੇਰਾ ਮਾਣ ਟੁੱਟਣ ਨਹੀਂ ਲੱਗਾ, ਤੂੰ ਹੌਸਲਾ ਰੱਖ। ਵਿਰਸਾ ਮੰਜੀ ਤੇ ਬਹਿ ਕੇ, ਸਲਮਾ ਪਾਕਿਸਤਾਨ ਨਹੀਂ ਜਾਣਾ ਚਾਹੁੰਦੀ, ਤੇ ਜੇ ਮੈਨੂੰ ਵੀ ਪੁਲਿਸ ਲੈ ਗਈ ਤਾਂ ਉਹਦਾ ਕੋਈ ਥਾਂ ਨਹੀਂ। ਕਰਤਾਰੋ, ਕਿਹੜੀ ਸਲਮਾ? ਵਿਰਸਾ, ਉੱਚੇ ਪਿੰਡ ਦੇ ਸਤਰੂ ਦੀ ਧੀ, ਜੋ ਹੱਲੇ ਵਿੱਚ ਮੁੰਡਿਆਂ ਦੇ ਢਹੇ ਚੜ੍ਹ ਗਈ ਸੀ। ਕਰਤਾਰੋ ਅੱਖਾਂ ਭਰ ਕੇ, ਸਲਮਾ ਵਰਗੀ ਰੱਬ ਕਿਸੇ ਨਾਲ ਨਾ ਕਰੇ, ਚੇਤਾ ਆਉਂਦਾ ਤਾਂ ਕਲੇਜਾ ਡੋਲ ਜਾਂਦਾ। ਵਿਰਸਾ, ਰੌਲ ਪਿੰਡੀਓਂ ਆਏ ਲੋਕੀ ਇੰਜ ਦੀਆਂ ਗੱਲਾਂ ਕਰਦੇ ਸਨ ਤਾਂ ਮੈਨੂੰ ਤਵਾਰ ਨਹੀਂ ਸੀ ਆਉਂਦਾ। ਰਾਵਲ ਪਿੰਡੀਓਂ ਦਾ ਭਾਵ ਰਾਵਲ ਪਿੰਡੀ, ਉੱਧਰ ਇੱਕ ਸ਼ਹਿਰ ਹੈ, ਉੱਥੋਂ ਦੇ ਲੋਕਾਂ ਦੀ ਗੱਲ ਕਰਦਾ। ਗਲੀ ਗਵਾਂਢ ਦੀਆਂ ਧੀਆਂ ਭੈਣਾਂ ਦੇ ਜਲੂਸ ਕੱਢਣੇ, ਉਹਨਾਂ ਨੂੰ ਬੱਕਰੀਆਂ ਵਾਂਗਰ ਵੇਚਣਾ ਤੇ ਟੁੱਕਣਾ, ਇਹ ਸਭ ਕੁਝ ਮੈਨੂੰ ਬਕਵਾਸ ਲੱਗਦਾ ਸੀ, ਪਰ ਸਲਮਾ ਨਾਲ ਇਹ ਸਭ ਕੁਝ ਸਾਡੇ ਸਾਹਮਣੇ ਹੋਇਆ। ਕਰਤਾਰ, ਤੇਰੇ ਸਾਹਮਣੇ ਤੇ ਤੂੰ ਚੁੱਪ ਕਰਕੇ ਵੇਖਦਾ ਰਿਹਾ? ਵਿਰਸਿਆ, ਤੂੰ ਕਿਸੇ ਦੁਸ਼ਟ ਨੂੰ ਰੋਕਿਆ ਨਾ, ਹੱਥ ਨਾ ਭੰਨੇ ਕਿਸੇ ਦੇ? ਵਿਰਸਾ,
ਮੈਂ ਸਭੋ ਕੁਝ ਕਰਦਾ ਜੇ ਮੇਰੀ ਪੇਸੀ ਮੈਂ ਸਭੋ ਕੁਝ ਕਰਦਾ ਜੇ ਮੇਰੀ ਪੇਸ਼ ਜਾਂਦੀ ਪਰ ਸਿਰ ਜਿੱਥੇ ਸੱਪ ਵਾਂਗ ਮੈਂ ਵਿਸ ਘੋਲਣਾ ਬਿਨਾਂ ਕੁਝ ਨਹੀਂ ਸੀ ਕਰ ਸਕਦਾ ਆਹ ਵੇਖ ਪਿੰਡਾ ਨੰਗਾ ਕਰਕੇ ਵਿਖਾਉਂਦਾ ਹੈ ਸਲਮਾਂ ਦੀ ਪੱਤ ਬਚਾਉਣ ਲਈ ਮੈਂ ਉਹਨਾਂ ਭੂਤੇ ਹੋਏ ਵੈਸਿਆਂ ਨੂੰ ਵੰਗਾਰਿਆ ਪਰ ਉਹਨਾਂ ਰਲ ਕੇ ਮੈਨੂੰ ਭੋ ਵਾਂਗ ਕੁੱਟਿਆ ਤੇ ਸੰਗਲ ਪਾ ਕੇ ਪਿੱਪਲ ਨਾਲ ਜੂੜ ਦਿੱਤਾ ਸਲਮਾਂ ਦੇ ਪਿਓ ਤੇ ਵੀਰ ਦੀਆਂ ਅੱਖਾਂ ਸਾਹਮਣੇ ਉਹਨਾਂ ਵਿੱਚ ਉਹਨਾਂ ਉਹ ਕੁਝ ਕੀਤਾ ਜੋ ਮੈਂ ਦੱਸ ਨਹੀਂ ਸਕਦਾ ਕੋਈ ਪਿਓ ਕੋਈ ਵੀਰ ਵੇਖ ਨਹੀਂ ਸਕਦਾ ਉਹਨਾਂ ਸਲਮਾਂ ਦੇ ਮਾਸ ਨੂੰ ਚੁੰਡਿਆ ਹਲਕੇ ਕੁੱਤਿਆਂ ਵਾਂਗ ਭੁੱਖੀਆਂ ਗਿਰਜ਼ਾਂ ਵਾਂਗ ਸਲਮਾਂ ਵਿਚਲੀ ਔਰਤ ਦਾ ਸਦਾ ਲਈ ਸਾਹ ਘੁੱਟ ਦਿੱਤਾ ਉਹਨਾਂ ਉੱਡਣੇ ਸੱਪਾਂ ਨੂੰ ਦੁੱਧ ਪਿਆਉਣ ਵਾਲੀ ਔਰਤ ਸਦਾ ਲਈ ਮਰ ਗਈ ਕਰਤਾਰੋ ਹੰਝੂ ਪੂੰਝਦੀ ਹੈ ਕਈ ਵਾਰੀ ਉਹ ਵਿਕੀ ਕਈ ਵਾਰੀ ਥਾਈ ਉਹ ਖਜ਼ਲ ਖਰਾਬ ਹੋਈ ਤੇ ਫਿਰ ਉਹਦੀ ਦਸ ਉੱਗ ਕਿਤੇ ਨਾ ਪਈ ਪਿਛਲੇ ਐਤਵਾਰ ਸ਼ਾਮ ਨੂੰ ਜਦ ਮੈਂ ਪੱਠਿਆਂ ਦੀ ਪੰਡ ਲੈ ਕੇ ਲਾਲੂਆਣੇ ਕੋਲੋਂ ਲੰਘਿਆ ਖੂਹ ਵਿੱਚ ਕਿਸੇ ਦੇ ਡਿੱਗਣ ਦੀ ਆਵਾਜ਼ ਆਈ ਭਰੀ ਉੱਥੇ ਹੀ ਸੁੱਟ ਕੇ ਜਦ ਮੈਂ ਖੂਹ ਵਿੱਚ ਦੇਖਿਆ ਤਾਂ ਮਨੁੱਖੀ ਸਰੀਰ ਦਾ ਝੋਲਾ ਪਿਆ ਮੈਂ ਵੀ ਛਾਲ ਮਾਰ ਦਿੱਤੀ ਤੇ ਉਸ ਡੁੱਬਦੀ ਨੂੰ ਬਾਹਰ ਕੱਢਿਆ ਮੈਂ ਹੈਰਾਨ ਹੋ ਗਿਆ ਉਹ ਸਲਮਾ ਸੀ ਕਰਤਾਰੋ ਸਲਮਾ ਬਿਰਸਾ ਪਹਿਲਾਂ ਤਾਂ ਉਹ ਚੰਗੀ ਤਰ੍ਹਾਂ ਹੋਸ਼ ਵਿੱਚ ਨਹੀਂ ਸੀ ਪਰ ਹੋਸ਼ ਆਉਂਦਿਆਂ ਹੀ ਉਹ ਉੱਠ ਕੇ ਫਿਰ ਖੂਹ ਵੱਲ ਦੌੜ ਪਈ ਮੈਂ ਉਹਨੂੰ ਜੱਫਾ ਮਾਰ ਲਿਆ ਹੁਣ ਤੂੰ ਕਿਤੇ ਨਹੀਂ ਜਾ ਸਕਦੀ ਸਲਮਾ ਮੈਂ ਤੇਰੀ ਰਾਖੀ ਕਰਾਂਗਾ ਤੈਨੂੰ ਮਾਪਿਆਂ ਕੋਲ ਪਹੁੰਚਾਵਾਂਗਾ ਮੈਂ ਆਖਿਆ ਪਰ ਉਹ ਜੀਣਾ ਨਹੀਂ ਸੀ ਚਾਹੁੰਦੀ ਉਹਦੇ ਪੂਰੇ ਜ਼ੋਰ ਨਾਲ ਹੱਥ ਪੈਰ ਮਾਰੇ ਮੇਰੀਆਂ ਬਾਹਾਂ ਤੇ ਦੰਦੀਆਂ ਵੀ ਵੱਢੀਆਂ ਪਰ ਮੈਂ ਉਹਨੂੰ ਛੱਡਿਆ ਨਹੀਂ ਕਰਤਾਰ ਉੱਤੇ ਫਿਰ ਬਿਰਸਾ ਮੈਂ ਆਖਿਆ ਇਸ ਦੁਨੀਆਂ ਵਿੱਚ ਜਿੱਥੇ ਤੇਰੇ ਨਾਲ ਜ਼ੁਲਮ ਦੀ ਅੱਤ ਹੋਈ ਏ ਸਲਮਾ ਮੈਂ ਤੈਨੂੰ ਨਿਆਂ ਦੇਣਾ ਚਾਹਵਾਂ ਤੇਰੇ ਨਾਲ ਬੁਰਾ ਕਰਨ ਵਾਲਿਆਂ ਦੇ ਸਿਰ ਵੱਢ ਕੇ ਮੈਂ ਤੇਰੇ ਪੈਰਾਂ 'ਚ ਰੱਖ ਦਿਆਂਗਾ ਤੇਰੇ ਮਾਸ ਨੂੰ ਚੂੰਡਣ ਵਾਲਿਆਂ ਦੇ ਮੱਥੇ ਤੇਰੀ ਜੁੱਤੀ ਨਾਲ ਚੰਡਾਂਗਾ ਮੈਂ ਤੇਰੀ ਬਾਂਹ ਫੜਾਂਗਾ ਤੇਰਾ ਵੀਰ ਹੋ ਕੇ ਤੇਰਾ ਪਤੀ ਬਣ ਕੇ ਜੋ ਮਰਜ਼ੀ ਹੈ ਬਣਾ ਮੈਨੂੰ ਤੇਰੇ ਲਈ ਮੈਂ ਸਾਰੀ ਦੁਨੀਆਂ ਨਾਲ ਟੱਕਰ ਲੈ ਸਕਣਾ ਤੂੰ ਮੈਨੂੰ ਅਜਮਾ ਕੇ ਵੇਖ ਕਰਤਾਰੋ ਫਿਰ ਮੰਨ ਗਈ ਉਹ ਬਿਰਸਾ ਮੰਨ ਤੇ ਗਈ ਪਰ ਡਾਢੀ ਸ਼ਰਤ ਤੇ ਕਰਤਾਰੋ ਕਿਹੜੀ ਸ਼ਰਤ ਤੇ ਬਿਰਸਾ ਕਿਸੇ ਤੋਂ ਬਦਲਾ ਨਾ ਲਿਆ ਜਾਵੇ ਕਿਸੇ ਦਾ ਖੂਨ ਨਾ ਕੀਤਾ ਜਾਵੇ ਉਹਦੇ ਨਾਲ ਵਧੀਕੀ ਕਰਨ ਵਾਲੇ ਕੋਈ ਓਪਰੇ ਨਹੀਂ ਸਨ ਕਰਤਾਰੋ ਓਪਰੇ ਨਹੀਂ ਸਨ ਬਿਰਸਾ ਆਹੋ ਪਤਾ ਨਹੀਂ ਕਿਸ ਮਿੱਟੀ ਦਾ ਇਹ ਦਿਲ ਉਹਦਾ ਜਿਨ੍ਹਾਂ ਬੰਦਿਆਂ ਨੇ ਉਹਦੇ ਸਰੀਰ ਨੂੰ ਚੂੰਡ ਚੂੰਡ ਖਾਧਾ ਉਹਨਾਂ ਦਾ ਲਹੂ ਚਾਹੁੰਦਾ ਨਹੀਂ ਵੇਖਣਾ ਚਾਹੁੰਦੀ ਉਹਨਾਂ ਨੂੰ ਸਜ਼ਾ ਦੇਣ ਵਿੱਚ ਰਾਜ਼ੀ ਨਹੀਂ ਆਉਂਦੀ ਏ ਉਹਨਾਂ ਨੂੰ ਬਸ ਸ਼ਰਮਿੰਦਾ ਕਰਾਂਗੀ ਸੱਤ ਪੀੜ੍ਹੀਆਂ ਉਹਨਾਂ ਵਿੱਚੋਂ ਕੋਈ ਧੌਣ ਉੱਚੀ ਕਰਨ ਜੋਗਾ ਨਾ ਰਹੇ ਮੈਂ ਸਲਮਾਂ ਦੇ ਇਸ ਸੁਖਨੇ ਦੀ ਪੂਰਤੀ ਚਾਹੁੰਦਾ ਪਰ ਮੈਨੂੰ ਇਹ ਫਿਕਰ ਖਾ ਰਿਹਾ ਕਿਤੇ ਪੁਲਿਸ ਨੂੰ ਉਹਦੀ ਸੂਹ ਨਾ ਮਿਲ ਗਈ ਹੋਵੇ ਤੇ ਹੁਣ ਸਾਨੂੰ ਤੇਰੇ ਬਿਨਾਂ ਕੋਈ ਆਸਰਾ ਨਹੀਂ ਦਿਸਦਾ ਕਰਤਾਰੋ ਮੈਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ ਜਿਵੇਂ ਆਖੋ ਕਰਾਂਗੀ ਬਿਰਸਾ ਪਤਾ ਤੇ ਕਿਸੇ ਨੂੰ ਨਹੀਂ ਸਲਮਾ ਮੇਰੇ ਕੋਲੇ ਪਰ ਆਉਂਦੇ ਨੇ ਕੰਧਾਂ ਨੂੰ ਵੀ ਕੰਨ ਹੁੰਦੇ ਨੇ ਕਰਤਾਰੋ ਲੋਕਾਂ ਤੋਂ ਡਰਨਾ ਹੀ ਚਾਹੀਦਾ ਹੈ ਬਿਰਸਾ ਲੋਕ ਦੁਸ਼ਮਣੀ ਨਾਲ ਝੂਠੀਆਂ ਰਪਟਾਂ ਵੀ ਕਰ ਦਿੰਦੇ ਨੇ ਮੇਰਾ ਤਾਂ ਸਾਰਾ ਪਿੰਡ ਵੈਰੀ ਏ ਕਰਤਾਰੋ ਕੀ ਸੋਚਿਆ ਫਿਰ ਤੂੰ ਬਿਰਸਾ ਇੱਕ ਦੋ ਦਿਨ ਸਲਮਾ ਇੱਥੇ ਲੁਕੀ ਰਹੇ ਪੁਲਿਸ ਦੇ ਜਾਂਦਿਆਂ ਹੀ ਮੈਂ ਉਹਨੂੰ ਫਿਰ ਲੈ ਜਾਵਾਂਗਾ ਕਰਤਾਰੋ ਤੂੰ ਚਿੰਤਾ ਨਾ ਕਰ ਮੈਂ ਉਹਦੀ ਪੂਰੀ ਰਾਖੀ ਕਰਾਂਗੀ ਬਿਰਸਾ ਭਾਊ ਨੂੰ ਵੀ ਪਤਾ ਨਾ ਲੱਗੇ ਕਰਤਾਰੋ ਇਹ ਤਾਂ ਮੁਸ਼ਕਲ ਏ ਉਹਦੀ ਸਲਾਹ ਬਿਨਾਂ ਬਿਰਸਾ ਸਲਮਾ ਲਈ ਇਹ ਕੁਰਬਾਨੀ ਕਰਨੀ ਪਵੇਗੀ ਤੈਨੂੰ ਕਰਤਾਰੋ ਚੰਗਾ ਮੈਨੂੰ ਇਹ ਵੀ ਮਨਜ਼ੂਰ ਏ ਬਿਰਸਾ ਫਿਰ ਜਾ ਕੇ ਕੱਲਾ ਸਲਮਾ ਨੂੰ ਕਰਤਾਰੋ ਪਰ ਆਉਂਦੀ ਨੂੰ ਜੇ ਵੇਖ ਲਿਆ ਕਿਸੇ ਨੇ ਬਿਰਸਾ ਇਸ ਗੱਲ ਦਾ ਫਿਕਰ ਨਾ ਕਰ ਤੂੰ ਉਹ ਤੁਹਾਡੇ ਕਮਾਦ ਵਿੱਚ ਲੁਕੀ ਹੋਈ ਏ ਇਸ ਵੇਲੇ ਦੇ ਤੇ ਕਮਾਦ ਦੇ ਨਾਲ ਪੈਲੀ ਵਿੱਚ ਗੰਨਿਆਂ ਦਾ ਬੜਾ ਚੂਰਾ ਏ ਤੂੰ ਕੱਪੜੇ ਦੇ ਦੇ ਮੈਨੂੰ ਮੈਂ ਉਹਨੂੰ ਚੂਰੇ ਦੀ ਪੰਡ ਚੁਕਾ ਕੇ ਭੇਜ ਦਿੰਦਾ ਘਰ ਤੁਹਾਡੇ ਤਾਂ ਉਹਨੂੰ ਪਤਾ ਹੈ ਕਰਤਾਰੋ ਇਹ ਤਾਂ ਠੀਕ ਹੈ ਚੂਰੇ ਦੀ ਭਰੀ ਹੇਠ ਉਹਨੂੰ ਕੋਈ ਨਹੀਂ ਪਛਾਣਨ ਲੱਗਾ ਮੰਜੀ ਤੋਂ ਚਾਦਰ ਝਾੜ ਫੜ ਕੇ ਲੈ ਕੱਪੜਾ ਲੈ ਜਾ ਬਿਰਸਾ ਹੁਣ ਸਾਡੀ ਲਾਜ ਰੱਖੀ ਭਾਬੀ ਕੰਢਾਣਾ ਦੇਵੀ ਕੰਢਣਾ ਦੇਵੀ
ਕੰਡ ਨਾ ਹੁੰਦੀ ਤਾਂ ਭਾਵ ਧੋਖਾ ਨਾ ਦੇਣਾ। ਕਰਤਾਰੋ ਤੂੰ ਫਿਕਰ ਨਾ ਕਰ ਵਿਰਸਿਆ, ਰੱਬ ਚੰਗੀ ਕਰੇਗਾ। ਵਿਰਸਾ ਅੱਖਾਂ ਭਰ ਕੇ ਕਰਤਾਰੋ ਵੱਲ ਵੇਖਦਾ ਹੈ, ਫਿਰ ਉਹਦੇ ਪੈਰਾਂ ਨੂੰ ਹੱਥ ਲਾਉਂਦਾ ਹੈ। ਕਰਤਾਰੋ ਏਡਾ ਭਾਰ ਨਾ ਚਾੜ ਮੇਰੇ ਸਿਰ ਤੇ, ਵਿਰਸਾ ਤੇਰੀ ਨੇਕੀ ਮੈਂ ਸਾਰੀ ਉਮਰ ਯਾਦ ਰੱਖਾਂਗਾ। ਬਾਹਰ ਚਲਾ ਜਾਂਦਾ ਹੈ ਕਰਤਾਰੋ ਦੁੱਧ ਵਾਲੀ ਬਲਟੋਹੀ ਚੁੱਕ ਕੇ ਭੜੋਲੀ ਵਿੱਚ ਹੋਰ ਦੋ ਪਾਥੀਆਂ ਰੱਖਦੀ ਹੈ। ਫਿਰ ਪੀੜੇ ਤੇ ਬੈਠ ਕੇ ਸੋਚੀ ਪੈ ਜਾਂਦੀ ਹੈ। ਜੀਤਾ ਆਉਂਦਾ ਹੈ ਤੇ ਗੜਬੀ ਰੱਖ ਦਿੰਦਾ ਹੈ, ਉਹ ਘਬਰਾਇਆ ਹੋਇਆ ਹੈ। ਜੀਤਾ ਬੇਬੇ ਬਾਹਰ ਸਿਪਾਹੀ ਆਏ ਹੋਏ ਨੇ। ਕਰਤਾਰ ਸਿਪਾਹੀ ਜੀਤਾ ਹੋ ਬੱਚੂ ਆਂਦੇ ਤੇਰੇ ਬਾਪੂ ਤੇ ਬੇਬੇ ਨੂੰ ਫੜਨ ਆਏ ਨੇ। ਕਰਤਾਰ ਤੇਰੇ ਬਾਪੂ ਨੂੰ ਤੇ ਮੈਨੂੰ ਬੱਚੂ ਨੂੰ ਕਿਹਨੇ ਦੱਸਿਆ? ਜੀਤਾ ਉਹਦਾ ਚਾਚਾ ਆਉਂਦਾ ਸੀ। ਕਰਤਾਰੋ ਐਵੇਂ ਤੈਨੂੰ ਡਰਾਉਂਦਾ ਪੁੱਤਰਾ, ਸਾਨੂੰ ਕਿਉਂ ਫੜਨਾ ਕਿਸੇ ਨੇ? ਤੂੰ ਆਖੀ ਤੂੰ ਸੋ ਤੇਰੇ ਚਾਚੇ ਨੂੰ ਫੜਨ ਆਏ ਨੇ। ਜੀਤਾ ਬੱਚੂ ਮੈਨੂੰ ਮਾਰਦਾ ਹੁੰਦਾ, ਮੈਂ ਚ ਸਿਪਾਹੀ ਨੂੰ ਆਖਾਂਗਾ ਬੱਚੂ ਦਾ ਚਾਚਾ ਸ਼ਰਾਬ ਕੱਢਦਾ, ਫਿਰ ਉਹਨੂੰ ਫੜ ਲੈਣਗੇ ਨਾ। ਕਰਤਾਰੋ ਕਿਸੇ ਨੂੰ ਨਹੀਂ ਫੜਦੇ। ਜੀਤਾ ਆਹੋ ਜੀਕੂ ਮੈਨੂੰ ਹੁਣ ਪਤਾ ਨਹੀਂ ਹੁੰਦਾ ਨਾ, ਮੈਨੂੰ ਫੜ ਕੇ ਲੈ ਗਏ ਸਨ ਤੇ ਕੈਦ ਕਰ ਲਿਆ ਸੀ, ਉਹਨੇ ਸ਼ਰਾਬ ਕੱਢਿਆ ਸੀ, ਹੁਣ ਚੱਕੀ ਪੀਂਦਾ। ਕਰਤਾਰੋ ਤੂੰ ਜਵਲੀਆਂ ਨਾ ਮਾਰ ਤੇ ਦੱਸ ਰੋਟੀ ਦੇ ਆਇਆ ਬਾਪੂ ਨੂੰ? ਜੀਤਾ ਤੇ ਦੇ ਆਇਆ ਪਰ ਉਹਨੇ ਖਾਧੀ ਨਹੀਂ। ਕਰਤਾਰੋ ਖਾਧੀ ਨਹੀਂ ਕਿਉਂ? ਮੈਨੂੰ ਕੀ ਪਤਾ ਹੋਵੇ, ਲੱਸੀ ਪੀ ਕੇ ਲੰਬੜਾਂ ਦੇ ਖੂਹ ਵੱਲ ਭੱਜ ਗਿਆ। ਕਰਤਾਰੋ ਤੇ ਰੋਟੀ? ਜੀਤਾ ਆਂਦਾ ਸੀ ਢੱਗੇ ਨੂੰ ਚਾਰ ਦੇ, ਮੈਂ ਚਾਰ ਦਿੱਤੀ। ਕਰਤਾਰੋ ਹੋਰ ਕੋਈ ਗੱਲ ਤੇ ਨਹੀਂ ਸੂ ਕੀਤੀ? ਜੀਤਾ ਨਹੀਂ। ਕਰਤਾਰੋ ਸੋਚ ਕੇ ਤੇਰੇ ਬਾਪੂ ਨੂੰ ਪਤਾ ਪਿੰਡ ਚ ਸਿਪਾਹੀ ਆਏ ਹੋਏ ਨੇ? ਮੈਨੂੰ ਕੀ ਪਤਾ? ਜੀਤਾ ਕਹਿੰਦਾ। ਕਰਤਾਰੋ ਹੁਣ ਕਿੱਥੇ ਨੇ ਸਿਪਾਹੀ? ਜੀਤਾ ਦਾਰੇ ਚ ਖਲੋਤੇ ਹੋਏ ਨੇ, ਰੱਖਾ ਚੌਕੀਦਾਰ ਉਹਨਾਂ ਲਈ ਮੰਜੀਆਂ ਲੈ ਕੇ ਗਿਆ ਏ। ਕਰਤਾਰੋ ਜਾ ਕੇ ਸੁਣਖਾਂ ਭਲਾ ਗੱਲਾਂ ਕੀ ਕਰਦੇ ਆ? ਜੀਤਾ ਹਾਏ ਕਿਤੇ ਮੈਨੂੰ ਫੜ ਲੈਣ, ਮੈਂ ਤੇ ਅੱਗੇ ਦੂਜੀ ਗਲੀ ਆਇਆ। ਕਰਤਾਰੋ ਨਹੀਂ ਤੈਨੂੰ ਫੜ ਲੈਂਦੇ। ਜੀਤਾ ਮੈਨੂੰ ਬੜਾ ਡਰ ਲੱਗਦਾ ਸਿਪਾਹੀਆਂ ਤੋਂ, ਨਾਲੇ ਮੈਨੂੰ ਭੁੱਖ ਲੱਗੀ ਹੋਈ ਹੈ। ਕਰਤਾਰੋ ਸੜ ਗਈ ਤੇਰੀ ਭੁੱਖ, ਤੇਰੇ ਅੰਦਰ ਕੋਈ ਡੈਣ ਤੇ ਨਹੀਂ ਬੜੀ ਹੋਈ? ਜੀਤਾ ਮੈਂ ਗੰਨਾ ਚੂਪ ਲਾਂ ਬੇਬੇ। ਕਰਤਾਰੋ ਚੂਪ ਮਾਰ, ਮੈਂ ਹੋਰ ਕਿਸੇ ਨੂੰ ਘੱਲ ਦਿੰਦੀ ਹਾਂ ਦਾਰੇ ਚ, ਜਿਵੇਂ ਆਪਣੀ ਸੱਤ ਹੁੰਦੀ ਹੈ ਇਸੇ ਤਰ੍ਹਾਂ ਹੀ ਮੱਝ ਦੇ ਵਿੱਚ ਦਾਰਾ ਕਿਹਾ ਜਾਂਦਾ। ਜੀਤਾ ਬਹਿ ਕੇ ਗੰਨਾ ਚੁੱਪਣ ਲੱਗ ਜਾਂਦਾ ਹੈ। ਕਰਤਾਰੋ ਪੀੜੇ ਉੱਤੇ ਬੈਠ ਜਾਂਦੀ ਹੈ। ਸਿਪਾਹੀ ਅੰਦਰ ਆਉਂਦਾ ਹੈ, ਜੀਤਾ ਸਹਿਮ ਜਾਂਦਾ। ਜੀਤਾ ਬੇਬੇ ਪਸਾਹੀ ਗੰਨਾ ਸੁੱਟ ਕੇ ਘਬਰਾਹਟ ਵਿੱਚ ਅੰਦਰ ਵੜ ਜਾਂਦਾ ਹੈ। ਕਰਤਾਰੋ ਦਾ ਰੰਗ ਪੀਲਾ ਹੋ ਜਾਂਦਾ ਹੈ। ਸਿਪਾਹੀ ਖੜਕ ਸਿੰਘ ਦਾ ਘਰ ਇਹੋ ਏ? ਕਰਤਾਰੋ ਆਹੋ। ਸਿਪਾਹੀ ਕਿੱਥੇ ਵੇ ਆਪ? ਕਰਤਾਰੋ ਖੂਹ ਤੇ ਗਿਆ ਹੋਇਆ ਹੈ। ਸਿਪਾਹੀ ਇਸ ਘਰ ਵਿੱਚ ਤੇ ਕੋਈ ਨਹੀਂ ਰਹਿੰਦਾ? ਕਰਤਾਰੋ ਨਹੀਂ। ਸਿਪਾਹੀ ਖੜਕ ਸਿੰਘ ਨੂੰ ਛੇਤੀ ਬੁਲਾਓ ਖੂਹ ਤੋਂ। ਕਰਤਾਰੋ ਗੱਲ ਕੀ ਏ? ਗੱਲ ਉਹਦੇ ਨਾਲ ਕਰਾਂਗੇ। ਕਰਤਾਰੋ ਉਹਦੇ ਤੇ ਕਦੇ ਨਹੀਂ ਕੋਈ ਮਾੜਾ ਕੰਮ ਕੀਤਾ, ਲੁੱਟ ਮਾਰ ਉਹਨਾਂ ਨਹੀਂ ਕੀਤੀ, ਦਾਰੂ ਕਦੇ ਨਹੀਂ ਸੁਕੱਢੀ, ਉਹਨੂੰ ਕੀ ਆਖਣਾ ਏ? ਸਿਪਾਹੀ ਮੈਂ ਆਣਾ ਖੜਕ ਸਿੰਘ ਨੂੰ ਬੁਲਾ ਤੇ ਝੱਟ ਪੱਟ ਗੱਲ ਫੇਰ ਦੱਸਾਂਗਾ। ਕਰਤਾਰੋ ਜੀਤਿਆ ਵੇ ਜੀਤਿਆ। ਸਿਪਾਹੀ ਗੁੱਸੇ ਨਾਲ ਬਾਹਰ ਨਿਕਲੋ ਜੀਤੇ ਦਿਆ ਬੱਚਿਆ, ਜਲਦੀ ਕਰ। ਜੀਤਾ ਡਰਦਾ ਡਰਦਾ ਬਾਹਰ ਨਿਕਲ ਕੇ ਹੱਥ ਜੋੜਦਾ ਹੈ। ਜੀਤਾ ਮੈਂ ਸ਼ਰਾਬ ਕਦੇ ਨਹੀਂ ਪੀਤੀ ਸਿਪਾਹੀ ਜੀ, ਮੈਂ ਗੰਨੇ ਚੂਪਦਾ ਸਾਂ। ਸਿਪਾਹੀ ਜਾ ਕੇ ਬਾਪੂ ਨੂੰ ਘੁਆ ਖੂਹ ਤੋਂ, ਘੁਆ ਹੁੰਦਾ ਗਾ ਬੁਲਾ ਕੇ ਲਿਆ। ਜੀਤਾ ਮੇਰਾ ਬਾਪੂ ਵੀ ਸ਼ਰਾਬ ਨਹੀਂ ਪੀਂਦਾ ਸਿਪਾਹੀ ਜੀ, ਵਿਸਾਖੀ ਨੂੰ ਵੀ ਨਹੀਂ ਪੀਂਦਾ ਸਿਪਾਹੀ। ਓਏ ਸੋਰੀ ਦਿਆ, ਮੈਂ ਆਣਾ ਬੁਲਾ ਕੇ ਲਿਆ ਬਾਪੂ ਨੂੰ, ਜਲਦੀ ਕਰ। ਜੀਤਾ ਮੈਂ ਜਾਣ ਲੱਗਾ। ਸਿਪਾਹੀ ਦੌੜ ਕੇ ਜਾ ਭੱਜ ਕੇ ਆ ਤੇ ਚਿਰ ਲਾਇਆ, ਜੀਤਾ ਫਾਂਡਾ ਚੜੇਗਾ, ਫਾਂਡਾ ਹੁੰਦਾ ਗਾ ਕੁੱਟ ਪਵੇਗੀ। ਜੀਤਾ ਸਿਪਾਹੀ ਵੱਲ ਵੇਖਦਾ ਹੈ। ਸਿਪਾਹੀ ਅਜੇ ਇੱਥੇ ਹੀ ਇਹ ਬਿੱਲ ਬਤੋਰਿਆ? ਜੀਤਾ ਦਾਰੇ ਚ ਹੋਰ ਸਿਪਾਹੀ ਨੇ, ਉਹ ਮੈਨੂੰ ਫੜ ਲੈਣਗੇ। ਸਿਪਾਹੀ ਕੋਈ ਨਹੀਂ ਤੈਨੂੰ ਫੜਦਾ, ਮੈਂ ਜੋ ਆਖਿਆ ਦੌੜ ਕੇ ਜਾ। ਜੀਤਾ ਦੌੜ ਜਾਂਦਾ ਹੈ। ਕਰਤਾਰੋ ਲੱਸੀ ਪੀਓਗੇ ਜਮਾਦਾਰ ਜੀ? ਸਿਪਾਹੀ ਨਾ, ਲੱਸੀ ਤੇ ਪੀਵਾਂਗਾ। ਕਰਤਾਰੋ ਇੱਥੇ ਮੰਜੀ ਤੇ ਬਹਿ ਜਾਓ। ਫਿਰ ਕਰਤਾਰੋ ਰਸੋਈ ਵਿੱਚ ਜਾਂਦੀ ਹੈ। ਸਿਪਾਹੀ ਮੰਜੀ ਤੇ ਬੈਠ ਕੇ ਇੱਧਰ ਉੱਧਰ ਵੇਖਦਾ ਹੈ। ਕਰਤਾਰੋ ਲੱਸੀ ਦਾ ਛੰਨਾ ਦਿੰਦੀ ਹੈ ਤੇ ਫਿਰ ਮੱਖਣ ਤਰ ਜਿਹਦੇ ਉੱਤੇ ਮੱਖਣ ਧਰ ਰਿਹਾ ਹੁੰਦਾ। ਸਿਪਾਹੀ ਮੱਖਣ ਮੂੰਹ ਵਿੱਚ ਪਾ ਕੇ
ਤੇਰਾ ਕੀ ਲੱਗਦਾ ਖੜਕ ਸਿੰਘ? ਮੇਰੇ ਘਰੋਂ ਹੈ ਜੀ। ਗੋਹ ਜਵਾਬ ਦਿੰਦੀ ਹੈ। ਸਿਪਾਹੀ, ਤੇਰਾ ਨਾਂ ਕੀ ਹੈ? ਜੀ ਕਰਤਾਰ ਕੌਰ। ਸਿਪਾਹੀ, ਲੱਸੀ ਪੀ ਕੇ। ਉੱਚੇ ਪਿੰਡ ਵੀ ਅਸੀਂ ਦੋ ਕੁੜੀਆਂ ਬਰਾਮਦ ਕੀਤੀਆਂ ਨੇ। ਕਰਤਾਰੋ, ਦੋ ਕੁੜੀਆਂ? ਸਿਪਾਹੀ, ਆਹੋ, ਤੇ ਇੱਥੇ ਵੀ ਕੁੜੀ ਦੀ ਸੂਲ ਮਿਲੀ ਹੈ। ਕਰਤਾਰੋ, ਕਿਵੇਂ? ਪਿੰਡ ਹੀ ਕਿਸੇ ਰਿਪੋਰਟ ਕੀਤੀ ਹੈ, ਸਾਨੂੰ ਸੁਪਨਾ ਥੋੜ੍ਹਾ ਹੀ ਆਉਂਦਾ ਹੈ। ਸੁਕਰਤਾਰੋ, ਕੌਣ ਹੈ ਉਹ ਕੁੜੀ? ਥਾਣੇਦਾਰ ਦੱਸੇਗਾ ਹੁਣੇ। ਮੈਂ ਨਹੀਂ ਦੱਸ ਸਕਦਾ ਵਿਅੰਗ ਨਾਲ, ਇੱਥੇ ਤੇ ਨਹੀਂ ਕੋਈ ਬੂਹਾ ਖੜਕਦਾ ਹੈ। ਕਰਤਾਰੋ ਘਬਰਾ ਕੇ ਬੂਹੇ ਵੱਲ ਦੌੜਦੀ ਹੈ। ਜੀਤਾ ਆਉਂਦਾ ਹੈ। ਕਰਤਾਰੋ, ਬੇ ਗਿਆ ਨਹੀਂ, ਤੁਰੜ ਜਾਣਿਆ। ਜੀਤਾ, ਮੈਨੂੰ ਸਿਪਾਹੀਆਂ ਕੋਲ ਡਰ ਲੱਗਦਾ ਹੈ। ਸਿਪਾਹੀ, ਸਿਪਾਹੀ ਕੋਈ ਭੂਤਰੇ ਨੇ ਨਹੀਂ ਹੁੰਦੇ ਸੂਰਾ, ਭੂਤਨੇ ਤੇ ਨਹੀਂ ਹੁੰਦੇ ਸੂਰਾ, ਚੱਲ ਤੈਨੂੰ ਲੰਘਾਵਾਂ। ਕਰਤਾਰੋ, ਕਰਤਾਰ ਕੌਰੇ, ਖੜਕ ਸਿੰਘ ਆਇਆ ਤਾਂ ਬਾਹਰ ਦਾਰੇ 'ਚ ਭੇਜ ਦੇਵੀ ਸੂ। ਕਹਿੰਦਾ ਬਾਹਰ ਜਿੱਥੇ ਇਕੱਠ ਹੋਇਆ ਵਾ ਉੱਥੇ ਭੇਜ ਦੇ ਉਹਨੂੰ। ਕਰਤਾਰੋ, ਚੰਗਾ ਜੀ। ਜੀਤਾ ਤੇ ਸਿਪਾਹੀ ਬਾਹਰ ਨਿਕਲਦੇ ਹਨ। ਸਲਮਾ ਚੂਰੇ ਦੀ ਪੰਡ ਚੁੱਕੀ ਅੰਦਰ ਆਉਂਦੀ ਹੈ। ਕਰਤਾਰੋ ਫੁਰਤੀ ਨਾਲ ਬੂਹੇ ਨੂੰ ਅੰਦਰੋਂ ਕੁੰਡੀ ਲਾ ਲੈਂਦੀ ਹੈ। ਸਲਮਾ ਚੂਰਾ ਸੁੱਟ ਕੇ ਇੱਧਰ ਉੱਧਰ ਵੇਖਦੀ ਹੈ। ਕਰਤਾਰੋ, ਰੱਬ ਨੇ ਪੜਦਾ ਢੱਕਿਆ, ਸਲਮਾ ਤੂੰ ਜ਼ਰਾ ਕੁ ਪਹਿਲਾਂ ਆ ਜਾਂਦੀ ਤੇ ਕੰਮ ਚੌੜ ਹੋ ਜਾਣਾ ਸੀ। ਸਲਮਾ, ਮੇਰਾ ਅਜੇ ਵੀ ਕਲੇਜਾ ਧੜਕ ਰਿਹਾ ਏ, ਇਦੋਂ ਤੇ ਮੈਂ ਕਮਾਦ 'ਚ ਹੀ ਰਹਿੰਦੀ ਤਾਂ ਚੰਗਾ ਸੀ। ਤੂੰ ਅਜੇ ਵੀ ਫਿਕਰ ਨਾ ਕਰ, ਤੇਰੀ ਹਵਾ ਵੱਲ ਨਹੀਂ ਕੋਈ ਵੇਖ ਸਕਦਾ। ਸਲਮਾ, ਪੁਲਿਸ ਨੇ ਘਰ ਘਰ ਦੀ ਤਲਾਸ਼ੀ ਲੈਣੀ ਹੈ। ਕਰਤਾਰੋ, ਹਾਂ, ਇੱਥੇ ਤੇ ਜ਼ਰੂਰ ਆਉਣਗੇ ਪੁਲਿਸੀਏ, ਫਿਰ ਹੁਣ ਕੀ ਕਰਾਂ ਮੈਂ? ਕਰਤਾਰੋ, ਇਸ ਕੋਠੜੀ ਦੇ ਪਿੱਛੇ ਇੱਕ ਜਿਹੀ ਹੋਰ ਕੋਠੜੀ ਏ ਜਿਹਦੇ ਵਿੱਚ ਗੋਹੇ ਨੇ, ਤੂੰ ਗੋਹਿਆਂ ਦੇ ਪਿੱਛੇ ਬਹਿ ਜਾ, ਮੈਂ ਤੇਰੇ ਉੱਤੇ ਗੋਹੇ ਚਾੜਨ ਦਿਆਂਗੀ ਦਿੰਦੀ ਹਾਂ। ਸਲਮਾ, ਆ ਫਿਰ ਛੇਤੀ ਕਰ ਭੈਣ, ਪੁਲਿਸ ਤੋਂ ਮੈਨੂੰ ਡਰ ਲੱਗਦਾ ਹੈ। ਕਰਤਾਰੋ, ਇੱਕ ਗੱਲ ਪੁੱਛਾਂ ਤੈਨੂੰ? ਸਲਮਾ, ਛੇਤੀ। ਕਰਤਾਰੋ, ਤੂੰ ਆਪਣੇ ਮਾਪਿਆਂ ਕੋਲ ਪਾਕਿਸਤਾਨ ਕਿਉਂ ਨਹੀਂ ਚਲੀ ਜਾਂਦੀ? ਸਲਮਾ ਤਰਬ ਕੇ, ਇਹ ਕੀ ਆਖਿਆ ਜੀ ਭੈਣੇ, ਤੇਰਾ ਕੌਲ ਤੂੰ ਕਿੰਨੇ ਕਿਤੇ ਮੈਨੂੰ। ਕਰਤਾਰੋ, ਨਹੀਂ ਨਹੀਂ, ਐਸੀ ਗੱਲ ਨਹੀਂ, ਮੈਂ ਵਿਰਸਾ ਸਿੰਘ ਨਾਲ ਕੌਲ ਕੀਤਾ, ਉਹਦੇ ਤੇ ਪਹਿਰਾ ਦਿਆਂਗੀ, ਪਰ ਮੈਂ ਤੀਵੀਂ ਹਾਂ, ਤੇਰੇ ਤੇ ਮੈਨੂੰ ਤਰਸ ਆ ਰਿਹਾ, ਮੈਂ ਆਖਿਆ ਤਸੱਲੀ ਕਰ ਲਵਾਂ, ਤੂੰ ਆਪਣੀ ਮਰਜ਼ੀ ਨਾਲ ਇੱਥੇ ਰਹਿਣਾ ਚਾਹੁੰਦੀ ਹੈ। ਸਲਮਾ, ਮਾਪਿਆਂ ਕੋਲ ਕਿਹੜਾ ਮੂੰਹ ਲੈ ਕੇ ਜਾਵਾਂ ਮੈਂ, ਕਿਵੇਂ ਉਹਨਾਂ ਦੀਆਂ ਅੱਖਾਂ ਵਿੱਚ ਮੈਂ ਵੇਖ ਸਕਾਂਗੀ? ਕੌਣ ਮੇਰੇ ਨਾਲ ਸ਼ਾਦੀ ਕਰਨੀ ਮੰਨੇਗਾ? ਕੌਣ ਝੋਲੀ ਪਾਏਗਾ ਮੇਰੇ ਪੇਟ ਵਿਚਲੀ ਇਹ ਗੁਨਾਹ ਦੀ ਪੰਡ? ਕਿਹੜੀ ਸੱਸ ਮੇਰਾ ਆਦਰ ਕਰੇਗੀ? ਕਿਹੜੀ ਨਨਾਣ ਮੈਨੂੰ ਤਾਨਿਆਂ ਨਾਲ ਨਾ ਭੁੰਨੇਗੀ? ਕਿਹੜੀ ਬਰਾਦਰੀ ਮੇਰਾ ਨੱਕ ਨਾ ਵੱਢੇਗੀ? ਕਿਹੜਾ ਬੱਚਾ ਮੇਰੇ ਵਰਗੀ ਮਾਂ ਤੇ ਮਾਣ ਕਰ ਸਕਦਾ? ਕਰਤਾਰੋ, ਇਹ ਇਹਦੇ ਵਿੱਚ ਤੇਰਾ ਕੀ ਕਸੂਰ ਏ? ਤੇ ਫਿਰ ਤੂੰ ਇੱਥੇ ਵੀ ਰਹਿ ਕੇ ਕੀ ਆਦਰ ਲੈ ਸਕਣੀ ਹੈ? ਮੈਂ ਜੀਣਾ ਨਹੀਂ ਚਾਹੁੰਦੀ। ਸਲਮਾ ਕਹਿੰਦੀ, ਮੈਂ ਜੀਣਾ ਨਹੀਂ ਚਾਹੁੰਦੀ, ਪਰ ਕੁਝ ਚਿਰ ਮੈਨੂੰ ਨਾ ਚਾਹੁੰਦਿਆਂ ਵੀ ਜੀਣਾ ਚਾਹੀਦਾ ਹੈ। ਕਰਤਾਰੋ, ਕਾਹਦੇ ਵਾਸਤੇ? ਸਲਮਾ, ਇਸ ਲਈ ਕਿ ਪੇਟ ਵਿਚਲਾ ਇਹ ਕਲੰਕ ਮੈਂ ਉਹਨਾਂ ਲੋਕਾਂ ਦੇ ਮੱਥੇ ਉੱਤੇ ਥੱਪਦਿਆਂ ਜਿਨ੍ਹਾਂ ਦੀ ਕਰਤੂਤ ਦਾ ਇਹ ਫਲ ਏ, ਉਹਨਾਂ ਦੀਆਂ ਤੀਵੀਆਂ ਤੇ ਬੱਚੇ ਇਸ ਕਲੰਕ ਵੱਲ ਉਂਗਲਾਂ ਕਰਕੇ ਉਹਨਾਂ ਨੂੰ ਛਿੱਤਰ ਮਾਰਦੇ ਰਹਿਣ, ਉਹਨਾਂ ਦੀ ਭਲਾ ਮਾਨਸੀ ਤੇ ਸ਼ਰਾਬਤ ਦੀਆਂ ਚਾਦਰਾਂ ਉੱਤੇ ਗੁਨਾਹ ਦਾ ਥੋਬਾ ਲਿਬੜਾ ਰਹੇ। ਕਰਤਾਰੋ, ਤੂੰ ਤੀਵੀਆਂ ਚ ਹੀਰਾ ਏ ਸਲਮਾ, ਤੇਰੇ ਲਈ ਮੈਂ ਸਭ ਕੁਝ ਕਰਨ ਨੂੰ ਤਿਆਰ ਹਾਂ। ਸਲਮਾ ਛੇਤੀ ਨਾਲ ਲੁਕਾ ਦੇ ਮੈਨੂੰ, ਫਿਰ ਗੱਲਾਂ ਫਿਰ ਵੀ ਹੋ ਸਕਦੀਆਂ ਨੇ। ਕਰਤਾਰੋ, ਚੱਲ ਫਿਰ ਅੰਦਰ। ਕਰਤਾਰੋ ਦੇ ਸਲਮਾ ਕੋਠੜੀ ਦੇ ਅੰਦਰ ਚਲੀਆਂ ਜਾਂਦੀਆਂ ਹਨ। ਬਾਹਰਲਾ ਬੂਹਾ ਖੜਕਦਾ, ਕਰਤਾਰੋ ਘਬਰਾਈ ਹੋਈ ਬਾਹਰ ਆਉਂਦੀ ਹੈ। ਕੋਠੜੀ ਦਾ ਬੂਹਾ ਬੰਦ ਕਰਕੇ ਬਾਹਰਲੇ ਬੂਹੇ ਦੀ ਕੁੰਡੀ ਖੋਲਦੀ ਹੈ। ਖੜਕੂ ਆਉਂਦਾ ਹੈ। ਖੜਕੂ, ਸਿਪਾਹੀ ਘਰ ਵੀ ਆਏ ਸੀ? ਕਰਤਾਰੋ, ਆਹੋ, ਜੀਤਾ ਮਿਲਿਆ ਹੈ ਤੈਨੂੰ? ਖੜਕੂ, ਨਹੀਂ, ਖੈਰ ਹੋਵੇ ਸਹੀ, ਪੁਲਿਸ ਵਾਲਿਆਂ ਖੋਰੇ ਕੀ ਲੈਣਾ ਹੈ ਸਾਡੇ ਕੋਲੋਂ? ਖੜਕੂ, ਲੰਬੜ ਵੱਲ ਗਿਆ ਸਾਂ, ਉਹ ਤੇ ਮਿਲਿਆ ਨਹੀਂ, ਸਮਝ ਨਹੀਂ ਆਉਂਦੀ ਗੱਲ ਕੀ ਏ। ਕਰਤਾਰੋ, ਕਿਸੇ ਰਫਟ ਨਾ ਕਰ ਦਿੱਤੀ ਹੋਵੇ? ਖੜਕੂ, ਸਾਡੇ ਤੇ ਕਾਹਦੀ ਰਫਟ ਕਰਨੀ ਸੀ ਕਿਸੇ ਨੇ? ਕਰਤਾਰੋ, ਝੂਠੀਆਂ ਵੀ ਤਾਂ ਬਣਾ ਲੈਂਦੇ ਨੇ ਲੋਕ। ਥਾਣੇਦਾਰ, ਤੇਰਾ ਨਾਂ ਖੜਕ ਸਿੰਘ ਹੈ? ਥਾਣੇਦਾਰ ਤੇ ਸਿਪਾਹੀ ਜਦੋਂ ਅੰਦਰ ਆਉਂਦੇ ਆ। ਖੜਕੂ, ਆਹੋ ਜੀ, ਆਓ ਬੈਠੋ ਹਜ਼ੂਰ ਮੰਜੇ ਤੇ, ਥਾਣੇਦਾਰ ਬਹਿਣ ਦਾ ਸਮਾਂ ਨਹੀਂ ਸਾਡੇ ਕੋਲ। ਇਹ ਕੌਣ ਏ? ਖੜਕੂ, ਕਰਤਾਰ ਕੌਰ ਏ, ਮੇਰੀ ਘਰ ਵਾਲੀ। ਥਾਣੇਦਾਰ ਵਿਅੰਗ ਨਾਲ, ਘਰ ਵਾਲੀ? ਉਦੋਂ ਪਹਿਲਾਂ ਕੌਣ ਸੀ? ਖੜਕੂ, ਵਿਆਹ ਤੋਂ ਪਹਿਲਾਂ ਜੀ। ਥਾਣੇਦਾਰ, ਆਹੋ, ਕਿਹੜੇ ਪਿੰਡੋਂ ਈ ਏ? ਪਿੰਡ ਦੀ ਏ। ਖੜਕੂ, ਜੀ ਠੀਕਰੀ ਵਾਲੇ ਤੋਂ। ਥਾਣੇਦਾਰ ਖੁਸ਼ ਹੋ ਕੇ, ਗੱਲ ਹੋਈ ਨਾ, ਇਹਦੇ ਪਿਓ ਦਾ ਨਾਂ ਕੀ ਸੀ? ਖੜਕੂ ਸਹਿਮ ਕੇ, ਪਰ ਜੀ ਤੁਸੀਂ ਇਹ ਕੀ ਪੁੱਛ ਰਹੇ ਹੋ? ਥਾਣੇਦਾਰ, ਜੋ ਪੁੱਛ ਰਿਹਾ ਜਵਾਬ ਦੇ, ਇਹਦੇ ਪਿਓ ਦਾ ਨਾਂ ਕੀ ਸੀ?
ਖੜਕੂ ਮੈਨੂੰ ਤੇ ਪਤਾ ਨਹੀਂ ਜੀ, ਥਾਣੇਦਾਰ ਸਿੱਧੀ ਤਰ੍ਹਾਂ ਦੱਸਦੇ ਨਹੀਂ ਤੇ ਤੈਨੂੰ ਵੀ ਧਰ ਖੜੂੰਗਾ, ਖੜਕੂ ਮੈਨੂੰ ਜੀ ਥਾਣੇਦਾਰ ਤੇ ਨਾ ਹੋਰ ਚਲਾਕੀਆਂ ਸਾੜਦਾ ਸਾਡੇ ਅੱਗੇ, ਦਸਕਾਂ ਤੇਰੀ ਕਰਤਾਰੋ ਨੂਰਦੀਨ ਲੁਹਾਰ ਦੀ ਧੀ ਬਰਕਤੇ ਨੇ। ਦੇਖੋ ਵਿਦਿਆਰਥੀ ਹੁਣ ਇੱਥੇ ਆ ਕੇ ਇਕਾਂਗੀ ਦੇ ਵਿੱਚ ਬਿਲਕੁਲ ਸਿਖਰ ਤੇ ਚਲੀ ਜਾਂਦੀ ਹੈ। ਅਸਲ ਦੇ ਜਿਹੜੀ ਕਰਤਾਰ ਹੈ ਉਹ ਖੁਦ ਵੀ ਮੁਸਲਮਾਨਾਂ ਦੀ ਧੀ ਹੈ, ਮੁਸਲਮਾਨ ਧਰਮ ਨਾਲ ਸੰਬੰਧਿਤ ਹੈ, ਉਹਦਾ ਅਸਲੀ ਨਾਂ ਬਰਕਤੇ ਹੈ ਤੇ ਉਹ ਨੂਰਦੀਨ ਲੁਹਾਰ ਦੀ ਧੀ ਹੈ ਖੜਕੂ। ਪਰ ਜੀ ਸਾਡੇ ਵਿਆਹ ਨੂੰ ਥਾਣੇਦਾਰ ਵਿਆਹ ਤੁਹਾਡੇ ਦੇ ਸਿਰ ਸਵਾਹ, ਹਾਂ ਜੀ ਨਾ ਵਿੱਚ ਜਵਾਬ ਦੇ, ਹੈ ਕਿ ਨਹੀਂ ਨੂਰੇ ਦੀ ਬਰਕਤੇ ਖੜਕੂ? ਹੈ ਜੀ, ਜੀ ਹੈ ਸੀ ਜੀ, ਪਰ ਇਹਨੇ ਅੰਮ੍ਰਿਤ ਛਕ ਲਿਆ ਥਾਣੇਦਾਰ, ਅੰਮ੍ਰਿਤ ਕਈਆਂ ਨੇ ਛਕ ਲਿਆ ਹੈ, ਪਰ ਸਾਨੂੰ ਹੁਕਮ ਹੈ ਇਹਨਾਂ ਦੇ ਮਾਪਿਆਂ ਕੋਲ ਪਾਕਿਸਤਾਨ ਪਹੁੰਚਾਉਣ ਦਾ ਖੜਕੂ। ਪਰ ਹਜ਼ੂਰ ਇਹ ਤੇ 10 ਵਰ੍ਹਿਆਂ ਤੋਂ ਵਸ ਰਹੀ ਹੈ ਮੇਰੇ ਘਰ, ਉਹ ਇਹਦੇ ਚ ਮੇਰਾ ਮੁੰਡਾ ਜੀਤਾ 8 ਸਾਲਾਂ ਦਾ ਹੈ। ਥਾਣੇਦਾਰ ਇਹਨਾਂ ਗੱਲਾਂ ਦਾ ਨਿਤਾਰਾ ਥਾਣੇ ਜਾ ਕੇ ਹੋਵੇਗਾ, ਤੁਹਾਡੇ ਆਪਣੇ ਪਿੰਡੋਂ ਰਿਪੋਰਟ ਹੋਈ ਏ ਕਰਤਾਰੋ ਉਧਾਲੀ ਹੋਈ ਕੁੜੀ ਏ। ਕਰਤਾਰੋ ਤਰਲਾ ਲੈ ਕੇ, ਉਧਾਲੀ ਹੋਈ ਨਹੀਂ ਜੀ ਮੈਂ, ਹਜ਼ੂਰ ਕਿਸੇ ਪਾਪੀ ਨੇ ਝੂਠ ਵਕਿਆ ਏ, ਮੈਂ ਨਹੀਂ ਉਧਾਲੀ ਹੋਈ, ਮੇਰੇ ਮਾਪਿਆਂ ਨੂੰ ਵੀ ਪਤਾ ਹੈ ਮੈਂ ਆਪਣੀ ਮਰਜ਼ੀ ਨਾਲ ਥਾਣੇਦਾਰ ਟਰ ਟਰ ਨਾ ਕਰ ਬਹੁਤੀ ਕਮਜਾਤੇ 4 ਦਿਹਾੜੇ ਜੱਟ ਦੇ ਘਰ ਰਹਿ ਕੇ ਚੌਧਰਾਣੀ ਬਣ ਬੈਠੀ ਏ, ਫੌਜਾ ਸਿਆਂ ਇਹਨੂੰ ਲੱਦ ਲੈ ਟਰੱਕ 'ਚ। ਫੌਜਾ ਸਿੰਘ ਸਿਪਾਹੀ ਥਾਣੇਦਾਰ ਨੂੰ ਸਲੂਟ ਕਰਕੇ ਕਰਤਾਰੋ ਨੂੰ ਬਾਹੋਂ ਫੜ ਲੈਂਦਾ ਹੈ। ਕਰਤਾਰੋ ਛੁਡਾਉਂਦੀ ਹੈ, ਰੋਂਦੀ ਹੈ, ਮੰਜੀ ਉੱਤੇ ਸੁੱਤਾ ਬੱਚਾ ਰੋਣ ਲੱਗ ਪੈਂਦਾ ਹੈ। ਥਾਣੇਦਾਰ ਆਪਣੇ ਕਾਲੇ ਰੂਲ ਨੂੰ ਸੱਜੀ ਲੱਤ ਨਾਲ ਠਕੋਰ ਲੱਗ ਪੈਂਦਾ ਹੈ। ਖੜਕੂ ਸਹਿਮਿਆ ਹੋਇਆ ਥਾਣੇਦਾਰ ਦੇ ਮੂੰਹ ਵੱਲ ਵੇਖਦਾ ਹੈ। ਸਿਪਾਹੀ, ਆਹ ਬੱਚਾ ਵੀ ਇਸੇ ਦਾ ਏ ਜੀ। ਥਾਣੇਦਾਰ, ਚੁੱਕਾ ਸੂ ਕੁੱਛੜ, ਫਿਰ ਦੂਜੀ ਵਾਰ ਨਾ ਆਉਣਾ ਪਏ ਕਿਤੇ। ਖੜਕੂ ਹੱਥ ਜੋੜ ਕੇ, ਮੇਰੇ ਤੇ ਤਰਸ ਕਰੋ ਮਾਈ ਬਾਪ, ਮੇਰਾ ਘਰ ਉੱਜੜ ਜਾਏਗਾ। ਥਾਣੇਦਾਰ ਕੜਕ ਕੇ, ਬੱਚਾ ਚੁੱਕ ਕੇ ਫੜਾ, ਰਨ ਨੂੰ ਜਲਦੀ ਕਰ। ਤੇ ਇਹਦੇ ਨਾਲ ਹੀ ਖੜਕ ਸਿੰਘ ਅੱਥਰੂ ਪੂੰਝ ਕੇ ਬੱਚੇ ਨੂੰ ਚੁੱਕਦਾ ਹੈ। ਕਰਤਾਰੋ ਉੱਚੀ ਉੱਚੀ ਰੋਂਦੀ ਹੈ, ਪਰਦਾ ਗਿਰਦਾ ਹੈ, ਇੱਥੇ ਆ ਕੇ ਇਕਾਂਗੀ ਜਿਹੜੀ ਉਹ ਖਤਮ ਹੋ ਜਾਂਦੀ ਹੈ। ਸੋ ਵਿਦਿਆਰਥੀਓ, ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਸੀ, ਉਸ ਵੰਡ ਦੇ ਵਿੱਚ ਬਹੁਤ ਸਾਰੀਆਂ ਕੁੜੀਆਂ ਇੱਧਰ ਰਹਿ ਗਈਆਂ ਸੀ, ਹਾਲਾਂਕਿ ਉਹ ਪੱਕੇ ਤੌਰ 'ਤੇ ਇੱਧਰ ਰਹਿਣਾ ਚਾਹੁੰਦੀਆਂ ਸੀ, ਫਿਰ ਵੀ ਉਹਨਾਂ ਨੂੰ ਧੱਕੇ ਨਾਲ ਵਾਪਸ ਭੇਜਿਆ ਜਾ ਰਿਹਾ ਸੀ, ਜਦਕਿ ਉਹਦੇ 'ਤੇ ਇੱਕ ਤਰ੍ਹਾਂ ਨਾਲ ਦੂਰੀਅਰ ਜ਼ੁਲਮ ਹੋ ਰਿਹਾ ਸੀ, ਕਿਉਂਕਿ ਉਹ ਇੱਧਰ ਆ ਕੇ ਇੱਧਰ ਸੈਟਲ ਹੋ ਗਈਆਂ ਸੀਗੀਆਂ। ਪਰ ਬਾਅਦ ਦੇ ਵਿੱਚ ਜਦੋਂ ਉੱਧਰ ਭੇਜਣ ਦਾ ਉਹਨਾਂ ਨੇ ਗੱਲ ਕੀਤੀ ਜਾ ਰਹੀ ਸੀਗੀ, ਤਾਂ ਉਹਨਾਂ ਨੂੰ ਐਂ ਲੱਗ ਰਿਹਾ ਸੀ ਜਿਵੇਂ ਅਸੀਂ ਦੂਰੀ ਵਾਰ ਉੱਜੜ ਗਈਆਂ ਹੁੰਦੀਆਂ। ਦੂਸਰੀਆਂ ਵਿਦਿਆਰਥੀਓ, ਜਿਹੜਾ ਸਾਡਾ ਸਮਾਜ ਹੈ ਮਰਦ ਪ੍ਰਧਾਨ ਸਮਾਜ, ਉਸ ਦੇ ਵਿੱਚ ਜਿਹੜੀ ਔਰਤ ਦੀ ਸਥਿਤੀ ਹੈਗੀ ਆ ਉਹ ਬੜੀ ਤਰਸਯੋਗ ਹੈ। ਉਸ ਦਾ ਧਰਮ ਵੀ ਉਹੀ ਬਣ ਜਾਂਦਾ ਜਿਹੜਾ ਉਸਦੇ ਮਰਦ ਦਾ ਹੈ। ਜੇਕਰ ਇੱਕ ਮੁਸਲਮਾਨ ਔਰਤ ਨੂੰ ਧੱਕੇ ਨਾਲ ਕੋਈ ਜੱਟ ਜ਼ਿਮੀਂਦਾਰ ਆਪਣੇ ਘਰੇ ਵਸਾ ਲੈਂਦਾ ਤਾਂ ਉਹ ਸਿੱਖ ਧਰਮ ਨਾਲ ਸੰਬੰਧਿਤ ਗਿਣੀ ਜਾਂਦੀ ਸੀ, ਔਰ ਇਸ ਕਰਕੇ ਔਰਤ ਦਾ ਧਰਮ ਉਹੀ ਗਿਣਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਜਿਹੜਾ ਕਿ ਮਰਦ ਦਾ ਹੈ, ਉਹਦੇ ਪਤੀ ਦਾ ਹੈ। ਸੋ ਵਿਦਿਆਰਥੀਓ, ਇਹ ਅਸਲ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਔਰਤ ਦੇ ਨਾਲ ਹੋ ਰਹੀ ਧੱਕੇ ਸ਼ਾਹੀ ਦੀ ਇੱਕ ਨਿਸ਼ਾਨੀ ਹੈ। ਔਰਤ ਨੂੰ ਹਮੇਸ਼ਾ ਹੀ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪਿਆ। ਔਰਤ ਦੀ ਜਿਹੜੀ ਸਥਿਤੀ ਹੈ ਸਮਾਜ ਦੇ ਵਿੱਚ ਬੜੀ ਤਰਸਯੋਗ ਰਹੀ ਹੈ। ਔਰਤ ਆਪਣੀ ਸਥਿਤੀ ਨੂੰ ਸੁਧਾਰਨ ਦੇ ਲਈ ਲਗਾਤਾਰ ਯਤਨਸ਼ੀਲ ਰਹੀ ਹੈ। ਵਰਤਮਾਨ ਯੁੱਗ ਦੇ ਵਿੱਚ ਔਰਤ ਦੇ ਲਈ ਬਹੁਤ ਸਾਰੀਆਂ ਲਹਿਰਾਂ ਚੱਲ ਰਹੀਆਂ, ਨਾਰੀਵਾਦੀ ਲਹਿਰਾਂ, ਜਿਹੜੀਆਂ ਔਰਤ ਨੂੰ ਉਹਦੇ ਹੱਕ ਦਿਵਾਉਣ ਦੇ ਲਈ ਕਾਫੀ ਸੰਘਰਸ਼ ਕਰ ਰਹੀਆਂ ਨੇ। ਉਹਨਾਂ ਲਹਿਰਾਂ ਦੇ ਵਿੱਚ ਪੱਛਮੀ ਦੇਸ਼ਾਂ ਦੀਆਂ ਲਹਿਰਾਂ ਹਨ ਜਿਹੜੀਆਂ ਕਿ ਔਰਤ ਦੇ ਸੰਘਰਸ਼ ਨੂੰ ਕਾਫੀ ਹੱਦ ਤੱਕ ਕਾਮਯਾਬ ਕਰ ਗਈਆਂ, ਤੇ ਪੂਰਬੀ ਮੁਲਕਾਂ ਦੇ ਦੇਸ਼ ਜਿਵੇਂ ਭਾਰਤ ਹੋ ਗਿਆ, ਪਾਕਿਸਤਾਨ ਹੋ ਗਿਆ, ਜਾਂ ਦੱਖਣੀ ਏਸ਼ੀਆ ਦੇ ਦੇਸ਼ ਹੋ ਗਏ, ਉੱਥੇ ਔਰਤ ਦੀ ਸਥਿਤੀ ਅੱਜ ਵੀ ਬੜੀ ਤਰਸਯੋਗ ਹੈ। ਉਸੇ ਤਰਸਯੋਗ ਸਥਿਤੀ ਦਾ ਵਰਣਨ ਇਸ ਇਕਾਂਗੀ ਦੇ ਵਿੱਚ ਇਕਾਂਗੀਕਾਰ ਨੇ ਕੀਤਾ ਹੈ। ਇਹਦੇ ਨਾਲ ਹੀ ਇਕਾਂਗੀ ਅੱਜ ਖਤਮ ਹੁੰਦੀ ਹੈ। ਕੱਲ੍ਹ ਨੂੰ ਆਪਾਂ ਅਗਲੇ ਲੈਕਚਰਾਂ ਦੇ ਵਿੱਚ ਜਿਹੜੀਆਂ ਇਕਾਂਗੀਆਂ ਰਹਿ ਗਈਆਂ ਉਹਨਾਂ ਦੀ ਗੱਲ ਕਰਾਂਗੇ, ਤੁਹਾਡਾ ਸਿਲੇਬਸ ਆਪਾਂ ਖਤਮ ਕਰਾਂਗੇ ਜਲਦੀ।